ਮੈਨੂੰ ਐਂ ਦੱਸ ਭਾਈ ਇਹ ਜਦੋਂ ਤਲਵਿੰਦਰ ਉਹਦੀ ਜੱਫੀ ਪਾਉਂਦੇ ਨੇ ਕੁੜੀ ਨੂੰ, ਫਿਰ ਉਦੋਂ ਪਹਿਲਾਂ ਇਹ ਟੀਕਾ ਟੂਕਾ ਲਵਾਉਂਦੇ ਨੇ ਆਪਦੇ? ਕਿਹੜਾ ਟੀਕਾ? ਆਹੀ ਵੀ ਬੰਦਾ ਭੜਕੇ ਭੁੜਕੇ ਨਾ ਹੈ ਕਮਲਾ, ਇਹੋ ਜਿਹੀ ਗੱਲ ਨਹੀਂ ਕਰੀਦੀ ਹੁੰਦੀ। ਉਹ ਜਦੋਂ ਸੀਨ ਕਰਦੇ ਆ ਨਾ, 400-500 ਬੰਦਾ ਕੋਲੇ ਹੁੰਦਾ ਉਦੋਂ। ਹਾਂ ਘਰ ਵੀ ਦੇ ਕਿੱਡਾ ਉੱਚਾ ਪਾਇਆ। ਨਾ ਤਾਂ ਫੋਨ ਨੀ ਚੱਕਿਆ ਨੀ ਅਸਿਆ ਤਾਂ ਫੋਨ ਕੀਤਾ ਸੀ ਜੀ। ਹੋਰ ਮੈਂ ਤਾਂ ਇੰਨੇ ਫੋਨ ਕਰੀ ਗਿਆ। ਸਤਿ ਸ੍ਰੀ ਅਕਾਲ ਨਾਲੇ। ਸਤਿ ਸ੍ਰੀ ਅਕਾਲ। ਉਹ ਆਏ ਹੋਇਆ ਰਜਾਈ ਚ ਨਾ ਕੁਛ ਕੂ ਜਿਹਾ ਤਾਂ ਕਰਦਾ ਸੀਗਾ, ਮੈਂ ਗੌਰ ਨਹੀਂ ਕੀਤੀ। ਮੈਂ ਤਾਂ ਕੰਪਨੀਆਂ ਦਾ ਫੋਨ ਹੋਊਗਾ। ਮੈਂ ਹੀ ਕਰ ਰਿਹਾ ਸੀ ਫੋਨ। ਅੱਛਾ, ਮੈਂ ਤਾਂ ਫੈਕਟਰੀ 4 ਦਿਨ ਦੀ ਛੁੱਟੀ ਲੈ ਕੇ ਆਇਆ। ਚੱਲ ਵਧੀਆ ਹੋ ਗਿਆ, ਤੇ ਬਾਹਰ ਜਿੰਦੇ ਜੁੰਦੇ ਲਾਇਆ ਸੀਗਾ ਉੱਥੇ ਘਰੇ। ਦੋ ਜਿੰਦੇ ਲੱਗ ਪਿਆ। ਸਤਿ ਸ੍ਰੀ ਅਕਾਲ ਚਾਚਾ ਜੀ। ਸਤਿ ਸ੍ਰੀ ਅਕਾਲ, ਠੀਕ ਹੈ? ਹਾਂਜੀ। ਹਾਂ ਚਲੋ, ਜਿੰਦੇ ਜੁੰਦੇ ਲਾਇਆ ਸੀ ਚਾਚਾ। ਹਾਂ ਦੋ ਜਿੰਦੇ ਲਾਇਆ ਆ ਮਹਾ। ਆਹੋ ਹਾਂ, ਤੇ ਮੇਰੀ ਗੱਲ ਸੁਣਾ, ਕੀ ਹੈ ਝੋਲੇ 'ਚ? ਕੁੜੀ ਦੀ ਲੋਹੜੀ ਲੈ ਕੇ ਆਇਆ, ਤੂੰ ਤਾਂ ਉਰੇ ਬੈਠੀ ਆ। ਚਲ ਫੜ ਲਾ ਕੁੜੇ ਭਾਈ ਲੋਹੜੀ ਆਪਦੀ। ਹਾਂ ਭਾਈ, ਸਾਰੇ ਠੀਕ ਠਾਕ ਨੇ। ਉਹ ਬੱਸ ਤੇ ਕਿਵੇਂ ਆ ਜਾਣਾ? ਮੇਰੇ ਸਾਲੇ ਨੇ ਜਿਹੜਾ 52 ਸਵਾਰੀ ਵਾਲਾ ਪੰਗਾ ਪਾ ਰੱਖਿਆ, ਦੋ ਵਾਰੀ ਬੱਸ ਚੋਂ ਲਾਤਾ ਮੈਨੂੰ। ਜਦੋਂ ਮੈਂ ਬੱਸ ਚ ਦੇਖਿਆ ਕੱਲੀਆਂ ਜਨਾਨੀਆਂ ਬੈਠੇ ਤੇ, ਹਾਰ ਕੇ ਮੈਨੂੰ ਮੋਟਰਸਾਈਕਲ ਚੱਕਣਾ ਪਿਆ। ਲੋਹੜੀ ਸੀ ਉਹਦੀ ਬਹੂ ਆਦੀ ਭਤੀਜੇ ਦੀ ਲੋਹੜੀ ਵੰਡਣ ਜਾਵੜੀ ਹੈ, ਤੇ ਆਪਣਾ ਮੁੰਡਾ ਜੱਸਾ ਚੱਲ ਕੇ ਆਇਆ ਵੀ ਬਾਈ ਹੋਟਲ ਦੀ ਰੋਟੀ ਨਾ ਖਾਈ, ਵੀ ਤੂੰ ਅੱਜ ਘਰੇ ਰੋਟੀ ਖਾ ਲਈ। ਵੀ ਉਹ ਇੱਜ਼ਤ ਮਾਨ ਨਾਲ ਕਹਿ ਆ ਭਾਈ, ਤੂੰ ਇੱਜ਼ਤ ਮਾਨ ਨਾਲ ਆਪਦਾ ਰੋਟੀ ਪਾਣੀ ਖਾ ਕੇ ਉੱਜੜ ਜਾ ਮਰ ਜਾ ਪਰੇ। ਭਾਈਆ ਵੱਡਾ ਫਿਰ ਹੱਕ ਬਣਦਾ। ਤੇ ਚੱਲ ਭਾਈ, ਸਾਨੂੰ ਵੀ ਚਾਹ ਹੋ ਗਿਆ ਵੀ ਚੱਲ ਦੋਵੇਂ ਭਾਈ ਇਕੱਠੇ ਹੋ ਗਏ ਪ੍ਰੋਗਰਾਮ ਤੇ। ਇਹ ਜਦੋਂ ਭਾਈ ਪੈਗ ਸਿਗ ਲਾ ਲਏ, ਇਹਨਾਂ ਨੂੰ ਦਾਰੂ ਪਿਆਲਾ ਚੜ ਗਿਆ, ਤੇ ਇੱਥੇ ਇਹਨਾਂ ਦੇ ਗਵਾਂਢ ਚ ਕੁੜੀ ਆਈ ਵੀ ਸੀਗੀ, ਇਹਨਾਂ ਦੇ ਤਾਏ ਦੀ ਖਾਨੀ, ਤਾਈ ਦੀ ਭਤੀਜੀ ਭਤੂਜੀ ਆਈ ਵੀ ਸੀਗੀ। ਉਹ ਗਾਹਾਂ ਖਾਨੀ ਉਹ ਪਸਾਵ ਕਰਨ ਗਈ ਕੁੜੀ, ਉਧਰ ਕੰਜਰ ਇਹ ਫਿਰਦਾ ਸੀਗਾ ਮੰਡੜ ਇਹਨਾਂ ਦਾ, ਕੁੜੀ ਨੂੰ ਕਹਿੰਦਾ ਮੇਰਾ ਤੇਰੇ ਕੰਨੀ ਪੜਪੋਚ ਆ। ਸਾਨੂੰ ਤਾਂ ਜੇ ਤਾਂ ਮੈਂ ਹੁੰਦੀ ਤਾਂ ਮੈਂ ਤਾਂ ਭਾਈ ਚੱਲ ਕੋਈ ਉਹਨੂੰ ਕੋਈ ਦਾਸ ਇਸ ਦੇ ਦਿੰਦੀ ਹੈ,
ਉਹ ਕੁੜੀ ਸੀ ਪੜ੍ਹੀ ਲਿਖੀ, ਉਹ ਕਹਿੰਦੀ ਵੀ ਇਹ ਤਾਂ ਜਵਾਂ ਮਤਲਬ ਲੁੱਚਾ ਗਲਤ ਹੈਗਾ, ਉਹ ਕਹਿੰਦੀ ਤਾਂ ਮੈਨੂੰ ਸੇੜਦਾ ਗਾ। ਇੱਥੇ ਤਾਂ ਹਾਲਾ ਲਾ 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 ਹੋ ਗਈ, ਸਾਡੀਆਂ ਤਾਂ ਪਾਥੀਆਂ ਖੜ ਗਈਆਂ ਲੋਹੜੀ 'ਚ। ਉਹ ਤਾਂ ਆਪ ਚਾਦਰਾ ਚੱਕ ਕੇ ਭੱਜ ਗਿਆ ਹੈ। ਅੱਛਾ, ਤੇ ਜਦੋਂ ਭੱਜ ਗਿਆ ਤੇ ਮੈਂ ਕਿਹਾ ਭੈਣ ਦਾ ਖਾਸ ਮਹਾ ਦਾਰੂਆ ਢੋਲ ਫੜ ਲਓ, ਵੀਰਾ ਵੀਰਾ ਉੱਥੇ ਸੀਗਾ। ਅੱਛਾ ਹਾਂ, ਫਿਰ ਉਹ ਤਾਂ ਗਿਆ ਨਿਕਲ ਚੌਰਾ ਪਿੰਡ ਦੇ ਚਾਰ ਬੰਦੇ ਬੁਲਾਉਣੇ ਸੀ, ਆਏ ਸੀ ਉਹ ਵੀ ਇਹਦੇ ਹੱਕ ਚ ਆਏ, ਉਹ ਵੀ ਇਹਦੇ ਹੱਕ ਚ ਆਏ। ਕੰਜਰਾਂ ਨੇ ਚਮਚਿਆਂ ਦੀਆਂ ਕੜਛੀਆਂ ਦੀਆਂ ਡੰਡੀਆਂ ਨੀ ਛੱਡੀਆਂ, ਸਿਲੰਡਰ ਤਾਂ ਉਹ ਲੈ ਗਿਆ ਭਰਿਆ ਭਰਾਇਆ ਆਪਣੇ ਕੋਲ, ਪਹਿਲੇ ਤਾਂ ਇਕੱਲਾ ਚੁੱਲ੍ਹਾ ਰਹਿ ਗਿਆ, ਨਵਾਂ ਹਾਰ ਕੇ ਫਿਰ ਕੁੜੀ ਦੇ ਨਾਂ ਤੇ ਉਹ ਘਟਾ ਕੇ ਤੇ ਜਮਾ ਤੁਰਤ ਪੈਰ ਤਾਂ ਸੀ ਉਹ ਲੈ ਕੇ ਆਏ ਢੋਲੀ ਸਿਲੰਡਰ ਵਾਲੀ। ਤੇ ਫਿਰ ਉਹ ਪਰਾਉਣਾ ਕਿੱਥੇ ਗਿਆ ਹੋਇਆ ਹੁਣ ਆਪਣਾ ਜੱਸਾ? ਹੁਣ ਕਿੱਥੇ ਗਿਆ ਚਾਚੇ ਜੱਸਾ? ਤਾਂ ਮਸ਼ੀਨ ਠੀਕ ਕਰ ਰਿਹਾ। ਹੈ, ਉਹ ਤਾਂ ਮਸ਼ੀਨ ਠੀਕ ਕਰਨ ਗਏ ਹੋਏ ਨੇ। ਅੱਛਾ, ਤੇ ਉਹ ਆਪਣੇ ਵਾਲਾ ਲੰਡਰ ਜਾ ਕਿੱਥੇ ਆ? ਉਹ ਤਾਂ ਉੱਜੜਿਆ ਉੱਥੇ ਮਰਿਆ, ਉਹ ਤਾਂ ਜਿੱਦੇ ਦੇ ਉਹ ਗਏ ਉਹਨਾਂ ਦੇ ਮਗਰ ਹੀ ਉਹਨਾਂ ਦੀ ਪੂਛ ਤੇ ਚੜਿਆ ਰਹਿੰਦਾ ਗਾ। 10 ਰੁਪਏ ਦੀਆਂ ਟੌਫੀਆਂ ਪਿੱਛੇ ਮਰਨਾ ਹਰੇਕ ਦੇ ਘਰੇ ਜਾ ਵੜਦਾ, ਇੱਥੇ ਤਾਂ ਜਲੂਸ ਕੱਢਿਆ ਪੈਂਦਾ ਸਾਡਾ। ਲੈ ਤੂੰ ਮੈਨੂੰ ਚਾਹ ਪੀਣ ਦੇ, ਫਿਰ ਖਾਣ ਦਾ ਕੁੱਤਾ ਜਿੱਥੇ ਮਰਜੀ ਉੱਡ ਜਾਂਦਾ। ਮੇਰੀ ਗੱਲ ਸੁਣ ਲੈ, ਮੈਨੂੰ ਚਾਹ ਪੀ ਲੈਣ ਦੇ, ਮੈਂ ਲੈ ਕੇ ਆਉਣਾ ਕੁੱਟ ਕੇ ਉਹਦਾ ਬੁੱਠਾ। ਹੋ ਤਾਂ ਹੀ ਕਰ, ਉਹਨੂੰ ਪਿੰਡ ਲੈ ਜਾ। ਹਾਂ ਹੈ, ਪਿੰਡ ਲੈ ਜਾ ਉਹਨੂੰ, ਮੈਂ ਇੱਥੇ ਰਹੂੰਗੀ। ਇਹਨਾਂ ਦਾ ਟੱਬਰ ਤਾਂ ਇਹ ਜਗਾ, ਤੂੰ ਨਹੀਂ ਕੁੜ ਕੇ ਕਿਸੇ ਕੋਲੇ ਗੱਲ ਕਰੀ ਚੰਗਾ? ਤੇਰੇ ਘਰ ਦਾ ਪੜਦਾ ਭਾਈ, ਅਸੀਂ ਤੇਰੇ ਮਾਰੇ ਤੜਫਦੇ ਫਿਰਦੇ। ਮਾਸੀ ਮੈਨੂੰ ਪਤਾ, ਮੈਂ ਤਾਂ ਆਪਦਾ ਘਰ ਬਾਹਰ ਤੇਰੇ ਮਾਰੀ ਛੱਡੀ। ਇਹ ਆਏ ਹੋਇਆ ਕੁੜੀ ਤਾਂ ਆਪਣੀ ਬਾਹਲੀ ਔਖੀ ਆ, ਇਹ ਤਾਂ ਇਹੋ ਜਿਹੇ ਕੰਜਰ ਇਹਨੂੰ ਆਥਣ ਨੂੰ ਵੇਚ ਕੇ ਖਾ ਜਾਣ। ਜੇ ਮੈਂ ਨਾ ਹੋਵਾਂ ਇੱਥੇ ਤਾਂ ਜਲੂਸ ਨਿਕਲ ਜਾ ਇਹਨਾਂ ਦੇ ਘਰ ਦਾ। ਮੇਰੀ ਗੱਲ ਸੁਣ ਲਾ, ਮੈਂ ਪਹਿਲਾਂ 4-5 ਦਿਨ ਰਹਿ ਕੇ ਗਿਆ, ਮੇਰੇ ਹੁੰਦੇ ਕਦੇ ਇਹੀ ਜੀ ਗੱਲ ਨਹੀਂ ਹੋਈ ਕੋਈ। ਤੂੰ ਫਿਰ ਦਿਨ ਥੋੜ੍ਹੇ ਲਾ ਕੇ ਗਿਆ ਨਾ, ਮੈਂ ਤਾਂ ਵਿੱਚ ਰਹੀ ਹਾਂ, ਮੈਨੂੰ ਤਾਂ 6 ਮਹੀਨੇ ਹੋਣ ਵਾਲੇ ਆ, ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਇਹ ਤਾਂ ਬੰਦੇ ਨਹੀਂ ਕਿਸੇ ਕੰਮ ਦੇ। ਅੱਛਾ, ਇਹਨਾਂ ਦੀ ਤਕਵੀਲਦਾਰੀ ਵਾਲੀ ਗੱਲ ਹੀ ਹੈ ਨਹੀਂ ਗੀ। ਇਹਨੇ ਤਾਂ ਆਪਦੇ ਲੋਹੜੂ ਇਕੱਠੇ ਕਰਕੇ ਦਬਾ ਦਬ ਚਮਚੇ ਕੜਛੀਆਂ ਅੱਡੋ ਅੱਡ ਕਰਕੇ ਤੇ ਸਾਰਾ ਸਮਾਨ ਤਾਂ ਇਹ ਲੈ ਗਿਆ, ਇਹਨਾਂ ਪੱਲੇ ਤਾਂ ਕੁਛ ਵੀ ਨਹੀਂ ਰਿਹਾ। ਅਰਜਾਈਆਂ ਹਾਰ ਕੇ ਨਵੀਂ ਪੇਟੀ 'ਚ ਕੁੜੀ ਦੀਆਂ ਦਾਜ ਵਾਲੀਆਂ ਕਢਾਈਆਂ। ਮੁੰਡਾ ਹੁਣ ਉੱਧਰ ਹੈ? ਹੋਰ ਹੁਣ ਚਾਚੇ ਅਸਲ ਵਿੱਚ ਆਪਣਾ ਮੁੰਡਾ ਹੈਗਾ ਭੋਲਾ, ਤੈਨੂੰ ਨਹੀਂ ਪਤਾ ਉਹ ਜਿਹੜੀ ਉਹਦੀ ਘਰ ਵਾਲੀ ਆ ਨਾ, ਉਹ ਸਿਰੇ ਦੀ ਚਾਲਬਾਜ਼ ਜਨਾਨੀ ਆ। ਤੇ ਹੋਰ, ਉਹੀ ਤਾਂ ਗੱਲ ਹੈਗੀ, ਆਪਦੀ ਭੈਣ ਦਾ ਤਾਂ ਕਰਦਾ ਨਹੀਂ, ਉਹ ਸੱਤ ਵਗਾਲੀ ਭੈਣ ਦਾ ਕਰਦਾ। ਉਹਨਾਂ ਨੇ ਦੇ 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 ਕੇ ਪੰਪ ਕਹਿ ਕਹਿ ਕੇ 9-11 ਮੁੰਡੇ ਦੇ ਕੌਡੀ ਪਵਾ ਦੀ, ਔਖੇ ਭਾਰੇ ਕੰਮ ਕਰਾਉਂਦੇ ਆ। 2 ਦਿਨ ਤਾਂ ਉਹਦੀ ਪਿੰਡ 'ਚ ਮੈਂ ਕੌਡੀ ਕਢਾਉਂਦੀ ਰਹੀ। ਹੁਣ ਤੂੰ ਐਂ ਕਰੀ, ਮੁੰਡੇ ਨਾਲ ਲੈ ਜਾ, ਜੇ ਕੋਈ ਕੱਲ੍ਹ ਨੂੰ ਜਾ ਜਾਂਦੀ ਹੋ ਗਈ ਇੱਥੇ ਬੱਧੀ ਦੇ ਨਹੀਂ ਸੁੱਟਣੇ ਆਪਾਂ। ਮੈਂ ਦੇਖਦਾ ਉੱਧਰ ਜਾ ਕੇ ਆਉਣਾ। ਨਾ ਇਕੱਲਾ ਨਾ ਜਾਈ, ਮੈਂ ਤੇਰੇ ਨਾਲ ਜਾਊਂਗੀ, ਇਹਨਾਂ ਦਾ ਕੀ ਪਤਾ, ਇਹ ਤਾਂ ਹੱਥਾਂ ਦੇ ਹੱਥ ਮਾਰਦੇ ਫਿਰਦੇ ਆ, ਇਹ ਬੰਦੇ ਨਹੀਂ ਕਿਸੇ ਕੰਮ ਦੇ। ਮਾਸੀ ਐਂ ਕਰ, ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ। ਨਾ ਕੁੜੀਏ, ਤੂੰ ਨਹੀਂ ਜਾਣਾ, ਅਸੀਂ ਵੀ ਜਾਵਾਂਗੇ ਦੋਹੇ ਜੀ। ਚੱਲ ਫਿਰ ਆਪਾਂ ਚੱਲ ਕੇ ਆਉਂਦੇ। ਹੁਣੀ ਚੱਲੇਗੇ? ਹਾਂ ਹਾਂ ਹੁਣੀ ਚੱਲਦੇ ਆ। ਚੱਲ ਫਿਰ, ਚੱਲ ਕੁੜੀਏ ਘਰੇ ਰਹੀ ਜਾ ਕੇ ਗੌਰ ਨਾਲ, ਜਿੰਦੇ ਗੁੰਡੇ ਲਾ ਲਈ ਚੰਗਾ। ਅੱਛਾ ਮਾਸੀ, ਆਹੋ ਜੇ ਕੋਈ ਆਇਆ ਤੇ ਦੇਖ ਕੇ ਬਾਹਰ ਖੋਲ ਲਈ ਆਉਂਦਾ, ਦੇਖ ਲਿਆ। ਹੁਣ ਗਈ ਹੋਈ ਤੇ 4 ਦਿਨ ਲਾਇਆ ਉਹਦੀ ਉੱਥੇ, ਹੈ ਜਿਹੜਾ ਰੋਜ਼ ਰੋਜ਼ ਆਇਆ ਜਾਂਦਾ। ਹੁਣ ਕਿੰਨਾ ਕੁ ਚਿਰ ਪੇਕਿਆਂ ਦੇ ਘਰੇ ਰਹਿੰਦੀ? ਮੈਂ ਆਖਰ ਨੂੰ ਆਪਦੇ ਘਰ ਆਉਣਾ ਹੀ ਸੀ, ਆਪਦਾ ਘਰ ਆਪਦਾ। ਠੰਡ ਕਰਕੇ ਕਹਿੰਦੀ ਠੰਡ ਲਵਾ ਲੇਗੀ ਤੂੰ। ਕੋਈ ਨਹੀਂ, ਠੰਡ ਲੱਗਦੀ ਜਾਂ ਕੋਈ ਹੋਰ ਗੱਲਬਾਤ ਹੈ? ਹੋਰ ਕੀ ਗੱਲਬਾਤ ਹੈ, ਕੋਈ ਗੱਲਬਾਤ ਨਹੀਂ, ਸੁੱਖ ਸਾਂਦਾ ਪਿੰਡ 'ਚ ਸਾਰੇ। ਮੈਂ ਤਾਂ ਪਿੰਡ ਦਾ ਪੁੱਛਿਆ ਨਹੀਂ, ਤੁਸੀਂ ਪਿੰਡ ਦਾ ਬੜਾ ਦੱਸਣ ਲੱਗ ਗਏ। ਹੋ ਕੀ ਰਿਹਾ ਨਹੀਂ ਤੈਨੂੰ, ਹੈ ਜਦੋਂ ਦੀ ਬੱਸ ਉਤਰੀ ਆ ਹੋਰੇ ਲੋੜ ਜੀ ਦੀਆਂ ਗੱਲਾਂ ਕਰੀ ਜਾਂਦੀ ਆ ਕੋਈ? ਮੈਂ ਕੁਛ ਨਹੀਂ ਕਰਦੀ, ਘਰ ਚੱਲੋ। ਹੈ ਜੇ ਕੋਈ ਗੱਲਬਾਤ ਦੱਸ ਦੇ।
ਘਰੇ ਜਾ ਕੇ ਕਰਾਂਗੇ, ਘਰੇ ਜਾ ਕੇ ਕਰਾਂਗੇ। ਕੀ ਹਾਲ ਬਣਾਇਆ ਘਰ ਦਾ, ਕੀ ਹੋਇਆ ਘਰ ਨੂੰ, ਤੜਕੇ ਦਾ ਮੈਂ ਅੜਕਾ ਮਾਰ ਕੇ ਹਟਿਆ, ਇੰਨਾ ਗੰਦ ਪਿਆ ਪਿਆ। ਦਾਰੂ ਪਾਈ ਸੀ ਮਗਰੋਂ, ਹੈਂ ਦਾਰੂ ਪਾਈ ਸੀ ਮਗਰੋਂ, ਕਿਹੜਾ ਪੈਣ ਦਾ ਖਸਮ ਹੈ, ਦਾਰੂ ਪਾਈ ਸੀ ਤੇ ਇੰਨਾ ਮੁਸ਼ਕਾ ਦੰਦਾ ਪਿਆਗਾ। ਭਾ ਇੱਥੇ ਫੈਕਟਰੀ 'ਚੋਂ ਆਉਂਦਾ ਇੱਧਰੋਂ, ਹਾਏ ਹਾਏ, ਜਾਂ ਚਾਹ ਬਣਾ ਲੈਣੀ ਕੁੱਟਕਾ। ਬਣਾ ਲੈਣੀ ਹੈ ਚਾਹ। ਤੂੰ ਉੱਧਰ ਕੀ ਕਰਨ ਗਿਆ ਸੀਗਾ? ਕੌਣ ਗਿਆ ਉੱਧਰ? ਤੂੰ ਹੀ ਗਿਆ, ਹੋਰ ਕੌਣ ਗਿਆ? ਉੱਧਰ ਕਿੱਧਰ ਗਿਆ? ਜੱਸੇ ਹੋਰਾਂ ਵੱਲ? ਕਿਹੜਾ ਭੈਣ ਦਾ ਖਸਮ ਕਹਿੰਦਾ, ਜੱਸੇ ਹੋਰ ਕਿ ਨਹੀਂ ਗਿਆ ਮੈਂ? ਮੈਨੂੰ ਵੀ ਦੱਸਣ ਵਾਲੇ ਨੇ ਦੱਸਤਾ। ਇੱਕ ਤਾਂ ਮੇਰੇ ਸਾਲੇ ਦੇ ਲੋਕ ਉਂਗਲਾਂ ਲਾਉਣ ਨਹੀਂ ਛੱਡਦੇ, ਹੈ ਤੈਨੂੰ ਕਿਹਨੇ ਦੱਸਤਾ ਉੱਥੇ ਬੈਠੀ ਡੇੜੀ ਦੂਰ? ਮੈਨੂੰ ਵੀ ਦੱਸਣ ਵਾਲੇ ਨੇ ਦੱਸਤਾ, ਜਦੋਂ ਆਪਾਂ ਅੱਡ ਵੇਡਾ ਸਾਰਾ ਕੁਛ ਅੱਡ ਵੇਡਾ ਆਪਣਾ, ਫਿਰ ਉੱਧਰ ਕੀ ਕਰਨ ਗਿਆ ਸੀ? ਕਿਧਰੇ ਨਹੀਂ ਗਿਆ, ਮੈਂ ਕੀ ਕਰਨ ਜਾਣਾ ਉੱਥੇ? ਮੇਰੇ ਲੋੜੀ ਤੇ ਗਿਆ ਨਹੀਂਗਾ, ਮੇਰੇ ਨਾਲ ਤਾਂ ਮੇਰੇ ਪੇਕਿਆਂ ਤੇ ਜਾਇਆ ਨਹੀਂ ਗਿਆ, ਉੱਧਰ ਨੂੰ ਮੂੰਹ ਚੱਕ ਲਿਆ। ਤੇਰੇ ਨਾਲ ਪੇਕਿਆਂ ਦੇ ਬੰਦੇ ਘਰ ਲੁੱਟ ਕੇ ਲੈ ਜਾਂਦੇ ਲੋਕ, ਹੈ ਖੇਤਾਂ ਦੇ ਘਰ ਆ ਰਹੇ, ਖੇਤਾਂ 'ਚ ਘਰ ਆ ਤੇ ਫਿਰ ਉੱਧਰ ਕੀ ਕਰਨ ਗਿਆ ਸੀ ਜੱਸੇ ਹੋਰਾਂ ਵੱਲ? ਉਹ ਜਦ ਵਗ ਗਿਆ ਫਿਰ ਕੀ ਹੋ ਗਿਆ? ਮੇਰੀ ਮਾਂ ਆਇਆ ਭਾਈ ਹੈ, ਅੱਜ ਤੈਨੂੰ ਮਾਂ ਆਇਆ ਦਿਖ ਗਿਆ? ਹੱਦ ਹੋ ਗਈ ਯਾਰ, ਭੈਣ ਦੇ ਖਾਣ ਦੀ ਲੜਾਈ ਥੋੜੀ ਤੀਮੀਆਂ ਦੀ ਹੈ, ਹੈ ਸਿਆਪਾ ਸਾਡੇ ਤੁਸੀਂ ਬੰਦਿਆਂ 'ਚ ਭਾਈਆਂ ਭਾਈਆਂ 'ਚ ਪਾਰਖਿਆ। ਉਹੀ ਜੱਸਾ ਹੈ ਨਾ ਜਿਹਨੇ ਤੁਹਾਨੂੰ ਧੱਕੇ ਮਾਰ ਕੇ ਕੱਢਿਆ ਸੀ ਬਾਹਰ, ਜੇ ਮੈਂ 15 ਲੱਖ ਨਾ ਸਾਂਭਦੀ ਨਾ ਤੇ ਆ ਇੱਥੇ ਨਾ ਬੈਠੇ ਹੁੰਦੇ ਤੁਸੀਂ, ਕਿਤੇ ਨਾ ਕਿਤੇ ਛੰਨਾ ਪਾ ਕੇ ਬੈਠੇ ਹੁੰਦੇ। ਹੋਰ ਇਹ ਗੱਲਾਂ ਕਰੀਏ ਨਹੀਂ ਹੈ, ਹੈ ਮੈਂ ਬਾਗਿਆ ਇੱਥੋਂ ਆ ਕੇ ਮੈਨੂੰ ਇੱਜ਼ਤ ਮਾਨ ਨਾਲ ਲੈ ਗਿਆ, ਕਹਿੰਦਾ ਚੱਲ ਬਾਈ ਉੱਧਰ ਬਾਗ ਜਾ, ਕਹਿੰਦਾ ਉੱਧਰ ਜਾ ਕੇ ਰੋਟੀ ਟੁੱਕ ਖਾ ਲਈ ਯਾਰ, ਹੈ ਫਿਰ ਕਿਉਂਕਿ ਰੋਟੀ ਟੁੱਕ ਖਾਇਆ ਉੱਥੇ ਮੈਂ ਜਾ ਕੇ ਜੀ? ਰੋਟੀ ਟੁੱਕ ਤਾਂ ਪਤਾ ਲੱਗੂਗਾ ਨਾ ਜਿੱਦਣ ਅਗਲੇ ਨੇ ਕੁਛ ਪਾ ਕੇ ਦੇਤਾ, 7 ਕਿੱਲੇ ਆਉਂਦੇ ਤੁਹਾਨੂੰ, ਉਹਦੇ ਪਿੱਛੇ ਅਗਲੇ ਨੇ ਰੋਟੀ ਖਵਾਈ ਹੈ। ਕਿਹਦੇ ਨਹੀਂ ਪਾ ਕੇ ਦਿੰਦੇ, ਹੁਣ ਤੱਕ ਪਾ ਕੇ ਨਹੀਂ ਦਿੱਤਾ, ਹੁਣ ਪਾਉਣਗੇ ਮੈਨੂੰ ਕਸਮ। ਹੁਣ ਤੁਸੀਂ ਆਪਦੇ ਘਰ ਬਾਹਰ ਵਾਲੇ ਹੋ ਗਏ ਹੋ। ਉਹ ਨਹੀਂ ਦਿੰਦੇ ਪਾ ਕੇ ਮੈਨੂੰ, ਇਹੋ ਜਿਹਾ ਬੈਡਾ ਬੋਲਾ ਥੋੜੂ ਆ ਉਹ, ਵੀ ਮੈਨੂੰ ਅੰਦਰ ਪਾ ਕੇ ਮਾਰ ਦੂਗਾ। ਕੋਈ ਪਤਾ ਲੱਗ ਗਿਆ, ਧੱਕੇ ਮਾਰ ਕੇ ਵੀ ਤਾਂ ਕੱਢਿਆ ਸੀਗਾ, ਉਦੋਂ ਵਿੰਗਾ ਬੋਲਾ ਨਹੀਂ ਸੀਗਾ, ਉਦੋਂ ਬੋਲਾ ਸੀਗਾ, ਕੀ ਹੋਇਆ ਸੀ ਉਦੋਂ? ਉਹ ਆਪਦੀ ਜਨਾਨੀ ਪਿੱਛੇ ਲੱਗਦਾ, ਆਪਦੀ ਸੱਸ ਪਿੱਛੇ ਲੱਗਦਾ। ਉਹ ਭੈਣ ਦੇ ਖਸਮ ਦੇ ਤੁਹਾਡੇ ਪੰਗੇ ਪਾਏ ਹੋਏ ਨੇ ਤੀਮੀਆਂ ਦੇ, ਇਹ ਤੁਹਾਡੇ ਨਹੀਂ ਪਾਏ ਹੋਏ ਇਹ, ਹੈ? ਮੈਂ ਤਾਂ ਨਾਲ ਜੁੜ ਕੇ ਬੈਠੀ ਸੀਗੀ, ਉਹਨਾਂ ਨੇ ਕੱਢਿਆ ਬਾਹਰ। ਨਾਲ ਜੁੜ ਕੇ ਬੈਠੀ ਸੀ ਨਾਲੇ, ਹੋਰ ਕੰਜਰ ਦਾ ਕੋਈ ਸੁੱਖ ਨਹੀਂ ਸਾਂਦ ਨਹੀਂ, ਹੁਣ ਸਾਰਾ ਕੋਈ ਗੱਲ ਨਹੀਂ ਬਾਤ ਨਹੀਂ, ਹੁਣ ਸਾਰੇ ਲੱਗ ਗਈ ਗੱਲਾਂ ਹੀ ਜਿਹਾ ਕਰਨ, ਅੱਗੇ ਤੈਨੂੰ ਕੁਛ ਪਾ ਕੇ ਦੇ ਦੇਣਗੇ ਉਹ। ਅੱਛਾ ਤੇ ਜਿਹੜੇ ਉਹ ਪਿੰਡ 'ਚ ਚੰਨ ਚੜਾਏ ਪਏ ਉਹ? ਕਿਹੜੇ ਚੰਨ ਚੜਾਉਂਦੇ ਪਿੰਡ 'ਚ? ਮੈਂ ਸਭ ਪਤਾ ਮੈਨੂੰ, ਯੋਧੀ ਬਣੀ ਆ ਚੰਨ ਦੀ ਨਾਲੇ ਹੋਰ ਦੀ। ਤੀਵੀਆਂ ਨੂੰ ਕਿਉਂ ਛੇੜਿਆ? ਲੋਹੜੀ ਤੇ ਜਾ ਕੇ ਤੂੰ ਅਗਲੇ ਦੇ ਘਰ ਤੀਵੀਆਂ ਛੇੜਦਾ ਪਿਆ, ਮੈਨੂੰ ਨੀ ਪਤਾ ਲੱਗਦਾ, ਸਾਰੇ ਪਿੰਡ 'ਚ ਥੋ ਥੂ ਹੋਈ ਪਈ ਹੈ। ਉਹ ਕਿਸੇ ਨੂੰ ਕੁਛ ਨਹੀਂ ਕਿਹਾ, ਉਹ ਤਾਂ ਮੈਨੂੰ ਐ ਕਹਿ ਦੀ, ਮੈਂ ਕਿਹਾ ਭਾਈ ਤੇਰਾ ਪੱਲਾ ਡਿੱਗਿਆ ਪਿਆ ਥੱਲੇ ਨੂੰ, ਵੀ ਤੂੰ ਪੱਲਾ ਤਾਂ ਚੱਕ ਲੈ ਚੁੰਨੀ ਦਾ, ਹੈ? ਉਹ ਤਾਂ ਮੈਂ ਕਿਹਾ ਦੀ, ਉਹ ਮੈਨੂੰ ਕੁਛ ਹੋਰ ਹੀ ਸਮਝ ਗਈ ਉਹ। ਪ੍ਰਪੋਜ਼ ਕੀ ਹੁੰਦਾ? ਉਹ ਮੈਂ ਕਾਹਨੂੰ ਇਹੋ ਜਿਹਾ ਕੁਛ ਬੋਲਦਾ ਨਾ ਅੰਗਰੇਜ਼ਾਂ ਅੰਗਰੂਜ਼ਾਂ ਵਾਲੇ ਗੱਲਾਂ, ਮੈਨੂੰ ਮੈਨੂੰ ਨਾ ਤਾਂ ਇਹੋ ਜਿਹਾ ਇਕੱਲਾ, ਤੈਨੂੰ ਐਂ ਦੱਸ ਭਲਾ ਮੈਨੂੰ ਅਨਪੜ੍ਹ ਬੰਦੇ ਨੇ ਇਹੋ ਜਿਹਾ ਕਦੇ ਬੋਲਣੀ ਆਉਣੀ ਆ ਕੀ ਹੁੰਦਾ ਇਹ? ਸਾਲ ਹੋ ਚੱਲਿਆ ਮੈਨੂੰ ਵਿਆਹੀ ਨੂੰ, ਠੀਕ ਹੈ, ਕਦੀ ਮੈਨੂੰ ਪ੍ਰਪੋਜ਼ ਕੀਤਾ? ਉਹ ਭਾਈ ਮੈਨੂੰ ਪਤਾ ਹੀ ਨਹੀਂ ਇਹ ਕੀ ਹੁੰਦਾ ਭੈਣ ਦਾ ਖਸਮ ਇਹ। ਬਗਾਨੀਆਂ ਤੀਵੀਆਂ ਨੂੰ ਪਤਾ ਹੈ, ਉਹਨਾਂ ਨੂੰ ਕਿਵੇਂ ਕਰੀਦਾ? ਯਕੀਨ ਕਰ ਮੇਰੀ, ਤੂੰ ਐਂ ਕਰ, ਮੈਂ ਤਾਂ ਪਾਣੀ ਦੀ ਚੂਲੀ 'ਚ ਕਾਲਾ, ਮੈਂ ਜਮਾਂ ਨਹੀਂ ਕਿਸੇ ਨੂੰ ਕੁਛ ਕਿਹਾ, ਮੈਂ ਤਾਂ ਐਂ ਕਹਿ ਦੇ ਮਾਂ ਭਾਈ ਤੇਰਾ ਪੱਲਾ ਡਿੱਗਿਆ ਥੱਲੇ ਚੁੰਨੀ ਦਾ, ਥੱਲੇ ਕਿਸਰ ਦਾ ਜ਼ਿਆਦਾ ਪੱਲਾ ਚੱਕ ਲੈ। ਤੈਨੂੰ ਕੀ ਲੋੜ ਸੀ, ਹੱਦ ਹੁੰਦੀ ਆ ਭਾਈ ਭੈਣ ਦੇ ਖਸਮ, ਘਰੇ ਤੂੰ ਕਾਹਨੂੰ ਆ ਗਈ, ਤੂੰ ਤਾਂ ਕਲੇਸ਼ ਆ ਗਿਆ ਘਰੇ, ਕਲੇਸ਼ ਆ ਗਿਆ। ਇਸੇ ਗੱਲੋਂ ਤਾਂ ਕਹਿੰਦਾ ਸੀ ਮੈਂ ਉੱਥੇ ਬੈਠੀ ਰਵਾਂ।
ਮੈਂ ਤਾਂ ਤੈਨੂੰ ਤਾਂ ਕਹਿ ਦੀ ਉੱਥੇ ਵੀ 4 ਦਿਨ ਲਾ ਲਾ, ਠੰਡ ਹੋ ਰਹੀ ਹੈ ਅਤੇ ਮੰਮੀ ਜੀ ਬਿਮਾਰ ਰਹਿੰਦੇ ਨੇ। ਹਾਂ ਮੰਮੀ ਜੀ ਕੋਈ ਨਹੀਂ ਬਿਮਾਰ ਰਹਿੰਦੇ, ਠੀਕ ਹੈ, ਮੰਮੀ ਨੂੰ ਸਾਂਭਣ ਵਾਲੇ ਹੈਗੇ ਨੇ। ਮੈਂ ਦੱਸ ਤੇ ਹੋਰ ਤੈਨੂੰ ਕੀ ਆਪਦੀ ਐਸ਼ਪ੍ਰਸਤੀ ਕਰਨੀ ਸੀ ਨਾ ਤਾਂ ਕਰਕੇ ਮੈਨੂੰ ਕਿਹਾ ਉੱਥੇ ਬੈਠ ਜਾ। ਸੁਣ ਲੈ, ਮੈਂ ਕੋਈ ਐਸ਼ਪ੍ਰਸਤੀ ਨਹੀਂ ਕਰੀ, ਜਦੋਂ ਮੇਰੇ ਕੋਲ ਖਰਬੂਜੇ ਵਰਗੀ ਘਰ ਵਾਲੀ ਅੰਮਾ ਹੈ, ਭਾਏ ਦਾ ਕਿਉਂ ਇੱਥੇ ਫਿਰ ਠੰਡ 'ਚ ਮੈਨੂੰ ਕਿਉਂ ਉੱਥੇ ਰਹਿਣ ਨੂੰ ਕਿਹਾ। ਮਗਲਾ ਪਾ ਗਿਆ ਲਾਲ ਹੋਈ ਫਿਰਦੀਸਲਾਈਸਰ ਵਰਗੀ। ਆਹੋ ਮੈਂ ਲਾਲ ਹੋਈ ਫਿਰਦੀ ਆ, ਆਪਦੇ ਲੱਛਣ ਨਹੀਂ ਦਿਖ। ਮਾੜੀ ਜੀ ਬੋਲ ਬਾਣੀ ਸਿੱਖ ਲੈ, ਮੇਰੇ ਸਾਲੀ ਦੀ ਅਜਿਹਾ ਖੁੰਡਾ ਫਿਰੂ ਯਾਦ ਰੱਖੀ ਦਿਨਾਂ ਤੱਕ। ਇੱਥੇ ਲਾ ਦੀ ਜਿਉਂਦਾ ਰਹਿ ਸ਼ੇਰਾ, ਠੀਕ ਹੈ ਜੀ, ਜਿਉਂਦੇ ਰਹੋ। ਭਾਗ ਸਿਉ, ਭਾਗ ਸਿਉ, ਕਿਹੜਾ ਪਛਾਣਿਆ ਨੀ? ਨਾ ਲਾਹ ਦਿਮਾਗ ਤੇ ਲੋੜ ਲਾਹ ਮੜਾ ਆ ਭਾਈ, ਕੀ ਕਰਾਂ ਮੈਂ, ਲੰਚ ਪਵਾਇਆ ਤੀ, ਨਿਗਾਹ ਬਣੀ ਨੀ ਕੰਜਰ ਦੀ, ਧੌਲਾ ਝੋਲਾ ਜਾ ਦਿੰਦਾ ਹਜੇ ਵੀ। ਅੱਛਾ ਸਿਆਣ ਚ ਨੀ ਆਉਂਦਾ, ਸਿਆਣ ਖਾਂ ਪੰਮਾ ਨੀ ਹੈਗਾ ਤੂੰ? ਪੰਮਾ ਪੰਮਾ ਹੈ। ਅੱਛਾ ਆ ਜਾ, ਫੁੱਦੂ ਵਾਲਾ ਜੱਗੇ ਜੱਗੇ ਫੁੱਦੂਗਾ। ਤੂੰ ਤਾਂ ਸਿਆਣਾ ਬਹਿਣਾ ਯਾਰ, ਤੂੰ ਤਾਂ ਨਾ ਕਹਿ, ਲੋਕ ਤਾਂ ਭਗਾਈ ਮਾਰਦੇ ਰਹਿੰਦੇ ਆ। ਤੂੰ ਕਿੱਧਰ ਰਿਹਾ ਓਏ? ਮੈਂ ਬੰਬੇ ਵੱਗ ਗਿਆ ਸੀ। ਆਹ ਵੱਗ ਗਿਆ ਵੀ ਬੰਬੇ ਤੂੰ, ਤੈਨੂੰ ਕਹਿੰਦੇ ਤਾਂ ਕੌਣ ਲੈ ਗਿਆ ਝੂਠਾਂ ਦੀ ਪੰਡ ਨੂੰ ਬੰਬੇ? ਹੋਰ 4-5 ਸਾਲ ਮੈਂ ਕਿੱਥੇ ਸੀ? ਹੈਂ ਹੋਰ ਕਿੱਥੇ ਸੀ ਮੈਂ 4-5 ਸਾਲ? ਉੱਥੇ ਕੀ ਕਰਦਾ ਸੀ? ਉੱਥੇ ਆ ਫਿਲਮਾਂ ਨਹੀਂ ਬਣਦੀਆਂ ਬੰਬੇ, ਹੈਂ ਉਹਨਾਂ ਨਾਲ ਹੀ ਹੁੰਦਾ ਮੈਂ। ਐਟਕਰ ਬਣ ਗਿਆ? ਐਟਕਰ ਬਣ ਗਿਆ? ਓਏ ਐਟਕਰ ਨਹੀਂ, ਹੈਂ ਮੈਂ ਉਹਨਾਂ ਦੀ ਚਲਾਉਣਾ ਵੈਨਿਟੀ। ਇਹ ਕੀ ਹੁੰਦੀ ਹੈ? ਬੱਸ ਹੁੰਦੀ ਹੈ ਬੱਸ, ਉਹਦੇ 'ਚ ਸੋਹਣੀਆਂ ਸੋਹਣੀਆਂ ਹੀਰੋਇਨਾਂ ਵੱਡੇ ਵੱਡੇ ਐਕਟਰ ਤਿਆਰ ਹੁੰਦੇ ਆ, ਮੇਕਅਪ ਕਰਦੀਆਂ ਐਕਟਰਨੀਆਂ। ਸਿੱਧਾ ਕਹਿ ਕਹਿੰਦਾ ਤੂੰ ਡਰਾਈਵਰ ਲੱਗਿਆ ਹੋਇਆ ਭੈਣ ਦਾ ਰੋਡਵੇਜ਼ 'ਤੇ, ਦੂਰ ਬਣਾਈ ਜਾਂਦਾ ਵੀ। ਗੱਲ ਤਾਂ ਸੁਣ ਲੈ, ਟੀਵੀ ਲੱਗਾ ਹੁੰਦਾ ਵਿੱਚ ਉਹਦੇ, ਮੈਨੂੰ ਐਂ ਦੱਸ ਓਏ, ਹੈਂ ਜੇ ਤੂੰ ਭੈਣ ਦਾ 4 ਕੁ ਸਾਲ ਉੱਥੇ ਲਾਇਆ ਬੰਬੇ ਬੰਬੇ, ਤੂੰ ਐਂ ਫੁੱਦੂ ਬਣਾਵੇਂ ਹੁਣ ਪਿੰਡ ਸਾਨੂੰ? ਹੈਂ ਤੂੰ ਮੇਰੇ ਨਾਲ ਚੱਲ ਵੜੀ, ਕਿਸੇ ਦਿਨ ਤੈਨੂੰ ਦਿਖਾ ਦੂੰਗਾ ਬੰਬੇ ਪੂਰੀ ਟੌਰ ਆ, ਵੱਡੇ ਵੱਡੇ ਐਕਟਰਾਂ ਨਾਲ ਆਉਣੀ ਜਾਣੀ ਆ ਹੁਣ ਆਪਣੀ। ਕਿਹਨੂੰ ਜਾਣਦੇ ਤੁਸੀਂ? ਗੋਵਿੰਦਾ, ਧਰਮਿੰਦਰ ਲੰਬੂ। ਅੱਛਾ ਸਾਰੇ ਆਪਣੀ ਬੱਸ 'ਚ ਬਹਿੰਦੇ ਆ ਪਤਾ, ਜਿਹੜੇ ਉਹ ਫਿਲਮਾਂ ਭਰਦੇ ਨੇ ਤੇਰੇ ਸਾਹਮਣੇ ਭਰਦੇ ਨੇ, ਸ਼ੂਟਿੰਗ ਹੁੰਦੀ ਆ ਉਹ। ਅੱਛਾ ਤੇ ਉੱਥੇ ਹੁੰਦਾ ਮੈਂ ਸਾਰਾ ਦਿਨ। ਮੈਨੂੰ ਐਂ ਦੱਸ ਭਾਈ, ਇਹ ਜਦੋਂ ਤਲਵਿੰਦਰ ਉਹਦੀ ਜੱਫੀ ਪਾਉਂਦੇ ਨੇ ਕੁੜੀ ਨੂੰ, ਫਿਰ ਉਸ ਤੋਂ ਪਹਿਲਾਂ ਇਹ ਟੀਕਾ ਟੂਕਾ ਲਵਾਉਂਦੇ ਨੇ ਆਪਦੇ? ਕਿਹੜਾ ਟੀਕਾ? ਆਹੀ ਵੀ ਬੰਦਾ ਭੜਕੇ ਭੁੜਕੇ ਨਾ। ਹੈ ਕਮਲਾ, ਇਹੋ ਜਿਹੀ ਗੱਲ ਨਹੀਂ ਕਰੀਦੀ ਹੁੰਦੀ, ਉਹ ਜਦੋਂ ਸੀਨ ਕਰਦੇ ਆ ਨਾ, 400-500 ਬੰਦਾ ਕੋਲੇ ਹੁੰਦਾ ਉਦੋਂ। ਆ ਹਾਂ ਉਹ ਸਾਰਿਆਂ ਦੇ ਸਾਹਮਣੇ ਕਰਦੇ ਆ ਸੀਨ ਉਹ। ਅੱਛਾ ਹਾਂ, ਐਂ ਫਿਰ ਜਦੋਂ ਕੁੜੀ ਦੇ ਘਰ ਦੇ ਕਹਿੰਦੇ ਨਹੀਂ ਹੈਗੇ ਕੁਛ ਵੀ, ਤੂੰ ਕਹੀ ਜੇਕਰ ਤੂੰ ਤਾਂ ਕਰਦੀ ਹੈ? ਉਹਨਾਂ ਨੇ ਕੀ ਕਹਿਣਾ, ਪੈਸੇ ਮਿਲਦੇ ਉੱਥੇ ਜੱਫੀਆਂ ਪਾਉਣ ਦੇ। ਅੱਛਾ ਵੀ ਹੋਰ
ਚੱਲ ਮੰਨਿਆ ਫਿਰ ਤੀਵੀਆਂ ਨੂੰ ਤਾਂ ਪੈਸੇ ਮਿਲਦੇ ਹੋਣਗੇ ਜੱਫੀਆਂ ਪਾਉਣ ਦੇ, ਬੰਦਿਆਂ ਨੂੰ ਤਾਂ ਨਹੀਂ ਮਿਲਦੇ ਹੋਣਗੇ, ਇਸ ਹਿਸਾਬ ਨਾਲ ਫਿਰ ਤਲਵਿੰਦਰ ਉਹ ਵੀ ਪੂਰੇ ਕਰਜ਼ੇ ਹੋਣਗੇ। ਨਹੀਂ ਦੋਵਾਂ ਨੂੰ ਮਿਲਦੇ ਆ, ਬਣਾਈ ਆ ਨਾ ਫੁੱਦੂ ਮਿਲਦੇ ਆ ਦੋਵਾਂ ਨੂੰ ਪੈਸੇ। ਤੂੰ ਤਾਂ ਯਕੀਨ ਹੀ ਨਹੀਂ ਕਰਦਾ ਮੇਰੀ ਕਿਸੇ ਗੱਲ 'ਤੇ ਯਾਰ, ਯਕੀਨ ਕਿ ਟੱਟੂ ਦਾ ਕਰਾਂ ਤੂੰ ਹੈ, ਬੰਦੇ ਨੂੰ ਕਿਹੜੇ ਕਦੋਂ ਪੈਸੇ ਮਿਲਣ ਲੱਗ ਗਏ ਓਏ ਹੈਂ। ਆਹ ਮੇਰੀ ਗੱਲ ਸੁਣ, ਆਹ ਡੂਢ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਵਿਆਹ 'ਚ ਵਗਿਆ ਕਿਸੇ ਦੇ, ਜਾਣ ਪਛਾਣ ਵਾਲੀ ਕੁੜੀ ਮਿਲ ਗਈ ਉੱਥੇ ਮੈਨੂੰ ਹੈਂ, ਮੈਂ ਤਾਂ ਸਿਰ 'ਤੇ ਹੱਥ ਰੱਖਿਆ ਦੀਆਂ, ਉਹ ਕੰਜੀ ਦੀ ਨੇ ਤਿਲਕਣੀ ਚੁੰਨੀ ਲੈਤੀ ਦੀ, ਹੱਥ ਤਾਂ ਤਿਲਕ ਕੇ ਆਇਆ ਪਿੱਛੇ ਆ ਗਿਆ, ਮੈਨੂੰ ਪੁੱਛ ਕੇ ਦੇਖ ਲਾ 85,000 ਰੁਪਇਆ ਪੁਲਿਸ ਨੂੰ ਦੇ ਕੇ ਪੈਂਡਾ ਛੁੱਟਿਆ ਹੈਂ, 1.25 ਲੱਖ ਦੀ ਤੀਮੀ ਲੈ ਗਈ। ਸਹੀ ਹੋਈ ਹੈ ਤੇਰੇ ਨਾਲ ਤਾਂ, ਗੱਲ ਸੁਣ ਲਾ ਮੇਰੀ, ਇਹਦੇ ਲੰਬੂ ਹੋਰੀ ਆ ਨਾ ਧਰਮਿੰਦਰ ਹੋਰੀ, ਇਹਨਾਂ ਨੂੰ 2-2 ਕਰੋੜ ਰੁਪਇਆ ਮਿਲਦਾ ਜੱਫੀਆਂ ਪਾਉਣ ਦਾ, ਮਰੀ ਜਾਂਦਾ ਤੂੰ ਆਪਦੀਆਂ ਹੀ ਵਾਹਣ ਵਾਹੁਣ ਨਾ ਦਵਾ ਦੀ ਇੱਥੇ ਧਰਮਿੰਦਰ ਨੂੰ। ਫਿਰ ਆਪਾਂ ਚੱਲ ਮੇਰੇ ਨਾਲ ਕਿਸੇ ਦਿਨ ਬੰਬੇ, ਤੈਨੂੰ ਮੈਂ ਦਿਖਾ ਲਿਆਵਾਂ ਸ਼ੂਟਿੰਗ ਵਾਧੂ, ਉਹ ਖਡਾਰਾਂ 'ਚ ਪਿਆ ਤੇ ਦਵਾ ਦੇਣਾ ਲੰਬੂ ਨੂੰ, ਭੈਣਾ ਵਾਹਣ ਦੇ 20 ਕਿੱਲੇ ਇਕੱਠੇ, ਇੱਥੇ ਹੀ ਸ਼ੂਟਿੰਗ ਕਰਾ ਦਿਆਂਗੇ ਤੇਰੇ ਖੇਤਾਂ 'ਚ ਹੀ ਬੋਲ, ਉਹ ਨਾਲੇ ਪੈਸੇ ਸ਼ੂਟਿੰਗ ਕਰਨ ਦੇ ਪੈਸੇ ਦਿਖ ਜਾਣਗੇ, ਫੁੱਦੂਆਂ ਦੇ ਲਾਣੇ ਦੀਆਂ ਤੂੰ ਵੀ ਗੱਪੀ ਆ ਕਹੀਂ ਜਾ। ਇਹ ਨਹੀਂ ਯਕੀਨ ਕਰਦਾ, ਕਿੱਥੇ ਜੇ ਲਿਆ ਘਰ ਉਹਨਾਂ ਨੇ? ਹਾਂ ਸੀ ਆ ਖੱਟੀ ਜੀ ਕਲੀ ਵਾਲਾ ਉਹਨਾਂ ਦਾ ਘਰ ਹੀ ਆ। ਅੱਛਾ ਆਹੋ, ਅੱਛਾ 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 ਅੱਛਾ, ਲੂਤ ਲੂਤ ਕਰੀ ਜਾਂਦਾ ਉੱਤੋਂ ਤਾਂ ਜਾਣ ਦੇ ਹੁਣ ਮੈਨੂੰ, ਲੈ ਆ ਜਾ ਸਿਆਰ ਜਾਓ ਕੇ ਰਹੀ ਸਿਆਰ ਜਾ ਚੰਗਾ, ਤੀਵੀਂ ਬਹੁਤ ਤੇਜ਼ ਆਹੋ। ਓਏ ਮੈਂ ਸਭ ਜਾਣਦਾ, ਮੈਂ ਉਰੇ ਰਹਿ ਕੇ ਗਿਆ। ਹਾਂ ਰਹਿ ਕੇ ਗਿਆ, ਹੁਣ ਨਹੀਂ ਉਹੋ ਜਿਹੀਆਂ ਗੱਲਾਂ ਰਹੀਆਂ। ਚੱਲ ਕਰ ਦੇਖ ਲਾ ਹੈਂ, ਰੰਗ ਕਰਕੇ ਦੇਖ ਲਾ ਕਿੰਨਾ ਸੋਹਣਾ, ਦੇਖ ਦੇਖ ਭੁੱਖ ਲੈਂਦੀ ਹੈ। ਉਹ ਚੁੱਪ ਕਰੋ, ਕੜੀ ਰੰਗਾ ਰੰਗ ਕੀਤਾ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਆ ਪੁੱਤ? ਹਾਂਜੀ ਠੀਕ। ਹੋਰ ਪੱਗ ਵੀ ਠੀਕ ਰਹਿੰਦਾ? ਹਾਂਜੀ ਉਹ ਵੀ ਠੀਕ ਨੇ। ਤੇ ਹੋਰ ਹੁਣੀ ਆਈ ਹੈਗੀ ਘਰੋਂ? ਹਾਂਜੀ ਹੁਣੀ ਆਈ ਸੀ ਬਸ। ਅੱਛਾ, ਹੋਰ ਤੇਰੀ ਬੀਬੀ ਹਰੀ ਰਾਜ ਹੀ ਸਾਰੇ ਤਕੜੇ? ਹਾਂਜੀ। ਅੱਛਾ ਤੇ ਚੱਲ ਚੰਗਾ ਕੀਤਾ ਆ ਗਈ ਹੈ ਨਾ। ਹਾਂਜੀ। ਹੋਰ ਨਹੀਂ ਤੀਵੀਂ ਬਿਨਾਂ ਕਾਹਦਾ ਘਰ ਆ, ਇੱਥੇ ਤਾਂ ਪੁੱਤ ਵਧੀਆ ਹੋ ਗਿਆ, ਟਾਈਮ ਨਾਲ ਆ ਗਈ, ਨਹੀਂ ਤਾਂ ਗੋਲੇ ਕਬੂਤਰ ਬੋਲਣੇ ਸੀਗੇ। ਕਿਉਂ ਸੁੱਖੀ ਸਾਂਦੀ ਬੋਲਣੇ ਸੀ? ਨਾ ਹੋਰ ਆਣਾ ਲੋਹੜੀ ਵਾਲੇ ਦਿਨ, ਜੇ ਮੈਂ ਤੈਨੂੰ ਨਾ ਫੋਨ ਕਰਦੀ ਤੇ ਤੁਹਾਡੇ ਇੱਥੇ ਪਤਾ ਕਿੰਨਾ ਜਲੂਸ ਨਿਕਲਣਾ ਸੀਗਾ। ਹੁਣ ਤਾਂ ਤੀਵੀਂ ਸੇੜਤੀ ਉੱਥੇ, 16 ਸਾਲ ਦੀ ਕੁੜੀ ਨੂੰ ਕਹਿੰਦਾ ਮੈਨੂੰ ਤੇਰੇ ਨਾਲ ਇੱਲੂ ਆ ਇਸਕਾ ਵਾ, ਉੱਥੇ ਤਾਂ ਬੁਰੇ ਹਾਲ, ਜੁੰਡੋ ਜੁੰਡੀ ਤੜਕੇ ਨੂੰ ਕੁੜੀ ਨੂੰ ਉਹਨਾਂ ਨੇ ਲਾਂਭਾ ਦਿੱਤਾ, ਜੇ ਵਿੱਚ ਮੈਂ ਨਾ ਪੈਂਦੀ ਅਸੀਂ ਵਿੱਚ ਨਾ ਸਿਆਣੇ ਬੰਦੇ ਪੈਂਦੇ ਤੇ ਇੱਥੇ ਤਾਂ ਜ਼ਮਾਨਤਾਂ ਨਹੀਂ ਹੋਣੀਆਂ ਸੀਗੀਆਂ ਇਹਨਾਂ ਦੀਆਂ ਹੈ। ਮੈਨੂੰ ਤਾਂ ਐਂ ਨਹੀਂ ਸਮਝ ਲੱਗਦੀ ਵੀ ਲੋਕਾਂ 'ਤੇ ਤਾਂ ਜਵਾਨੀ ਉੱਤਰਦੀ ਹੁੰਦੀ ਆ ਅਤੇ ਇਹ ਤਾਂ ਚੜ੍ਹਦੀ ਹੈਗੀ, 17 ਸਾਲਾਂ ਦਾ ਤਾਂ ਹੋਇਆ ਪਿਆ ਗਾ, ਹਜੇ ਵੀ ਇਹਦੇ ਵਿੱਚ ਕੁਛ ਰਹਿੰਦਾ ਇਸ ਮਸਕ ਦੇ, ਇਹਦਾ ਪਾਪਾ ਮੈਂ 7 ਸਾਲ ਸੋਟ ਹੈਗਾ, ਅੱਜ ਤੱਕ ਨਹੀਂ ਇਹਨੇ ਕਿਤੇ ਮੈਨੂੰ ਕੋਈ ਚੰਗੀ ਮੰਦੀ ਗੱਲ ਇਹੋ ਜਿਹੀ ਕਹੀ। ਉਹ ਚੱਲ ਚੁੱਪ ਕਰ ਤੂੰ, ਆਪਾਂ ਜਿਹੜੇ ਕੰਮ ਆਇਆ ਉਹ ਕੰਮ ਕਰ ਤੂੰ, ਭਾਈ ਸਾਡਾ ਮੁੰਡਾ ਕਿੱਥੇ ਆ? ਆਹੋ ਮੈਂ ਤੁਹਾਡੇ ਮੁੰਡੇ ਤੋਂ ਕੀ ਕਰਾਉਣਾ, ਮੈਨੂੰ ਕੀ ਪਤਾ? ਕਰਾਉਣਾ ਨਹੀਂ ਤਾਂ ਅਸੀਂ ਤਾਂ ਅੰਦਰ ਵਾੜ ਕੇ ਰੱਖਦੇ ਹਾਂ, ਜੇ ਕਰਾਉਣਾ ਨਹੀਂ ਇੱਥੇ ਅੰਦਰ ਕੌਣ ਹੈ? ਦੇਖ ਲਓ ਅੰਦਰ ਸਾਰਾ ਰਾਜ, ਤੂੰ ਦੇਖ ਕੇ ਅੰਦਰ, ਮੁੰਡਾ ਅੰਦਰ ਹੀ ਹੋਊਗਾ, ਸਾਡਾ ਮੁੰਡਾ ਹਾਜ਼ਰ ਚਾਹੀਦਾ ਸਾਨੂੰ ਤਾਂ। ਮੈਂ ਤੁਹਾਡੇ ਮੁੰਡੇ ਤੋਂ ਕੀ ਕਰਾਉਣਾ ਬੋਲੇ ਜੇ ਤੋਂ? ਬੋਲੇ ਜੇ ਤੋਂ ਮੇਰੇ ਮੁੰਡੇ ਤੇ 7 ਰੰਗ ਰੂਪ ਚੜ੍ਹਦੇ ਉੱਤਰਦੇ ਹੈਗੇ, ਤੈਨੂੰ ਲੱਗਦਾ ਬੋਲਾ ਉਹ ਜੇ ਐਡੇ ਆ ਨਾ ਤਾਂ ਫਿਰ ਉਹਨੂੰ ਭੈਣ ਤੇ ਭਾਬੀ ਦਾ ਤਾਂ ਪਤਾ ਨਹੀਂ ਹੈਗਾ। ਭੈਣ ਤੇ ਭਾਬੀ ਦਾ ਨਹੀਂ ਪਤਾ, ਤੂੰ ਵੀ ਰਿਹਾ ਕਰ ਕੁਛ ਮਰਜ਼ਾਦਾ 'ਚ, ਤੂੰ ਮਾਰ ਕੇ ਬਹੁਤ ਆ ਹੋਵਾਂਗੀ, ਮੈਨੂੰ ਤਾਂ ਤੁਹਾਡਾ ਮੋਹ ਮਾਰਦਾ। ਤੂੰ ਤੇ ਓਏ ਤੂੰ ਤੇ ਆ, ਓ ਤੂੰ ਤੇ ਪੁੱਤ ਕਿੱਥੇ ਆ? ਤੇਰੇ ਵਾਸਤੇ ਮੈਂ ਲਾਲ ਰੱਤਿਆਂ ਦਾ ਜੋੜਾ ਲੈ ਕੇ ਆਇਆ, ਤੂੰ ਤੇ ਇੱਥੇ ਵੀ ਨਹੀਂ ਲੱਗਦਾ।
ਮੈਨੂੰ ਇਹ ਨਾ ਜਾਣੀ ਮੈਂ ਵੀ ਸੱਤ ਪੱਤਣਾਂ ਦੀ ਤਾਰੂ ਆ, ਮੁੰਡਾ ਤੇਰਿਆਂ ਹੱਡਾਂ ਚ ਕਢਾਉਣਾ ਗਾ। ਮੁੰਡਾ ਤਾਂ ਹੈ ਨੀ ਇੱਥੇ। ਹੈ ਹੈ ਨੀ? ਹੈ ਨੀ ਮੁੰਡਾ? ਨਾ। ਮੇਰੀ ਗੱਲ ਸੁਣ ਲੈ ਨੀ, ਮੇਰਾ ਮੁੰਡਾ ਮੈਨੂੰ ਹੱਥ ਨੂੰ ਹਾਜ਼ਰ ਚਾਹੀਦਾ। ਜੇ ਮੇਰਾ ਮੁੰਡਾ ਨਾ ਮਿਲਿਆ ਤੁਹਾਡੀਆਂ ਜ਼ਮਾਨਤਾਂ ਨਹੀਂ ਹੋਣਗੀਆਂ। ਵਿਚਾਲਿਓ ਪਾੜ ਕੇ ਦੋ ਕਰ ਦੂ। ਚੱਲ ਬੈ। ਮੈਂ ਤੇਰੇ ਮੁੰਡੇ ਤੋਂ ਕੀ ਕਰਾਣਾ? ਹੈ ਕੁਛ ਤਾਂ ਕਰਾਉਣਾ ਹੀ ਹੋ, ਕੁਛ ਤਾਂ ਕਰਾਉਣਾ ਹੀ ਹੋ। ਜਿਹੜਾ ਤਾਂ ਪਤੰਦਰ ਅੰਦਰ ਵਾੜ ਵਾੜ ਰੱਖਿਆ, ਅੰਦਰ ਵਾੜ ਵਾੜ ਨਹੀਂ ਰੱਖਿਆ, ਜਿਹਦੀ ਕਨਸੋਲ ਨਹੀਂ ਨਿਕਲਦੀ। ਐਡਾ ਫਿਕਰ ਹੈ ਨਾ ਤਾਂ ਆਪਦੇ ਮੁੰਡੇ ਨੂੰ ਪਿੰਡ ਲੈ ਜਾਓ। ਲੈ ਜਾਗੇ, ਪਿੰਡ ਲੈਣ ਹੀ ਆਏ ਆ। ਉਹ ਚੱਲ ਆ ਜਾ, ਤੁਹਾਡਾ ਗੋਲਪੁਣਾ ਕਰਨ ਵਾਸਤੇ ਨਹੀਂ ਰੱਖਿਆ। ਹੁਣ ਤਾਂ ਤੇਰੇ ਬੰਦੇ ਨੂੰ ਬਚਾ ਲਿਆ, ਮੁੜ ਕੇ ਜ਼ਮਾਨਤਾਂ ਨਹੀਂ ਹੋਣਗੀਆਂ ਜੇ ਮੈਂ ਕੇਸ ਪਾਤਾ ਆਪਦੇ ਪੁੱਤ ਦਾ। ਤੜਕੇ ਪਾ ਭੋਗ ਤੇ ਚੱਲਾਂਗੇ ਚੰਗਾ। ਰਾਜਾ ਮੈਨੂੰ ਨੀ ਪਤਾ ਲੱਗਿਆ ਵੀ ਕੀ ਮਤਲਬ ਹੁੰਦਾ ਕੀ ਨਾ ਹੁੰਦਾ। ਅਨਪੜ੍ਹ ਬੰਦਾ ਮੈਨੂੰ ਕੀ ਪਤਾ ਗੱਲਾਂ ਦਾ? ਹੈ ਪੁੱਛ ਲੈਂਦਾ ਕਿਸੇ ਨੂੰ ਮੈਨੂੰ ਕਹਿੰਦੇ ਦਾ। ਅਸਲ ਵਿੱਚ ਮੈਂ ਦੱਸਦਾ ਤੈਨੂੰ, ਉਹਨਾਂ ਨੇ ਕਹਿੰਦਾ ਘਰ ਦੀ ਦਾਰੂ ਪਾ ਰੱਖੀ ਸੀ ਦੇਸੀ ਦੇ ਵਿੱਚ, ਉਹ ਚੜ ਗਈ ਮੈਨੂੰ ਜ਼ਿਆਦੇ। ਹੈ ਹੁਣ ਤੈਨੂੰ ਪਤਾ ਸਰੀਰ ਸਿਖਾਉਂਦਾ ਨੀ ਦਾਰੂ। ਕੀ ਕਹਿਤਾ ਦੀ ਮੈਂਬਰ ਸਾਹਿਬ? ਹੈ ਕੀ ਕਹਿ ਯਾਰ, ਉਦਾਂ ਉਹਨਾਂ ਦੀ ਆਈ ਹੋਈ ਸੀ ਕੁੜੀ ਬਾਹਰਲੇ ਦੇਸ਼ ਦੀ, ਲੋਹੜੀ ਵਾਲੇ ਦਿਨ ਉਹ ਨਾਲ ਆ ਗਈ ਆਪਦੀ ਭੂਆ ਲੱਗਦੀ ਉਹਦੀ, ਉਹ ਬੁੜੀ। ਹਾਂਜੀ। ਤੇ ਉੱਥੇ ਨੇ ਕੀ ਕਰਿਆ ਨਾ, ਉਹ ਕੁੜੀ ਨੂੰ ਸਾਨੂੰ ਤਾਂ ਐਦੀ ਪਿਸ਼ਾਬ ਕਰਨ ਗਿਆ ਬਾਹਰ, ਉਧਰੋਂ ਕੁੜੀ ਉਹ ਆਉਂਦੀ ਸੀ ਪਤਾ ਨੀ, ਉਹ ਵੀ ਕੋਈ ਕੰਮ ਗਈ ਸੀ। ਤੇ ਉੱਥੇ ਆ ਕੇ ਇਹਨੇ ਕੁਛ ਉਹਨੂੰ ਕਹਿਤਾ ਅੰਗਰੇਜ਼ੀ ਚ, ਪਤਾ ਨੀ ਪ੍ਰਪੋਜ਼ ਕਹਿਤਾ ਕੁਛ। ਓਏ ਕਾਨੂੰ ਕਿਹਾ ਮੈਂ ਰਾਜ, ਮੈਂ ਤਾਂ ਸਿੱਧੀ ਕਿਹਾ ਹੈ ਤੂੰ ਹੈ ਕਿਹਨੂੰ ਕਹਿਤਾ ਤੈਂ? ਓ ਕਾਨੂੰ ਇਹ ਮੇਰੇ ਤਾਂ ਮੂੰਹ ਚੋਂ ਨਿਕਲ ਗਿਆ ਉਦੇ ਯਾਰ, ਜੱਸੇ ਦੇ ਘਰੇ ਲੋਹੜੀ ਤੀ ਯਾਰ। ਹੈ ਉਹ ਨੀ ਗਾ ਪਰਵੰਤੋਂ ਨੀ ਕਿਹੜੇ ਬਾਰੇ ਬਾਰੇ ਗਏ ਹੋਏ ਨੇ? ਮਤਲਬ ਪਤਾ ਵੀ ਹੈ ਤੈਨੂੰ ਗੱਲ ਦਾ? ਜੇ ਮਤਲਬ ਪਤਾ ਹੋਵੇ ਮੈਨੂੰ ਜੱਸੇ ਨੇ ਤੇ ਜੱਸੇ ਦੇ ਘਰ ਵਾਲੀ ਉਹ ਕੁੜੀ ਨੇ, ਇੱਕ ਉਹਦੀ ਮਾਸੀ ਆਈ ਹੋਈ ਸੀ, ਉੱਥੇ ਜਾ ਕੇ ਉਹਨਾਂ ਨੇ ਮਸਾਂ ਮਿੰਤਦਾਰੀ ਕਰਕੇ ਨਹੀਂ, ਉਹ ਤਾਂ ਇੱਥੇ ਸ਼ਾਲੀ ਥਾਣੇ ਚ ਬੁਲਾਉਂਦੇ ਇਹਨੂੰ ਗੱਲੇ ਬੁਲਾਉਣ ਵਾਲੀ ਹੈ ਜੀ। ਮੈਨੂੰ ਤਾਂ ਯਾਰ ਮੈਂ ਤੈਨੂੰ ਦੱਸਦਾ ਗੱਲ, ਮੈਨੂੰ ਤਾਂ ਹੁਣ ਪਤਾ ਲੱਗਿਆ ਰਾਜ ਵੀ ਇਹਦਾ ਮਤਲਬ ਗਲਤ ਹੁੰਦਾ ਭਾਈ। ਇਹ ਕੱਲੀ ਕੁਮਾਰੀ ਕੁੜੀ ਨੂੰ ਨਹੀਂ ਕਹਿੰਦਾ, ਹੁਣ ਪਤਾ ਲੱਗਿਆ ਮੈਨੂੰ ਇਹ। ਮੈਨੂੰ ਤਾਂ ਪਤਾ ਲੱਗਿਆ, ਫਿਰ ਤੂੰ ਪੁੱਛ ਲਿਆ ਕਰ ਕਿਸੇ ਨੂੰ ਨਾ। ਉਹ ਪ੍ਰਪੋਜ਼ ਦਾ ਮਤਲਬ ਪਤਾ ਵੀ ਹੈ ਤੈਨੂੰ? ਉਹਦੇ ਦੱਸਿਆ ਉਹਦੇ ਤੂੰ ਆਪ ਹੀ ਪੁੱਛਣ ਲੈ ਰਿਹਾ ਦੀ ਮੈਥੋਂ। ਪ੍ਰਪੋਜ਼ ਦਾ ਮੈਨੂੰ ਤਾਂ ਹੁਣ ਪਤਾ ਲੱਗਿਆ ਭਾਈ, ਮਤਲਬ ਇਹਦਾ ਵੀ ਜਦੋਂ ਤੀਵੀਂ ਨੂੰ ਸੱਤਵਾਂ ਮਹੀਨਾ ਲੱਗਿਆ ਹੁੰਦਾ ਉਦੋਂ ਕਹਿੰਦਾ ਹੁੰਦਾ। ਓਏ ਉਹ ਕਿਸੇ ਨੂੰ ਦੁਬਾਰੇ ਵੀ ਨਾ ਕਹਿਦੀ, ਤੂੰ ਹਜੇ ਵੀ ਗਲਤ ਹੈ। ਇਹ ਐ ਨਹੀਂ ਹੁੰਦਾ ਹੈਗਾ। ਹਾਂ ਇਹਨੂੰ ਸਮਝਾ ਲਓ ਮੈਂਬਰ ਸਾਹਿਬ, ਇਹ ਕੁਛ ਹੋਰ ਕਰੂਗਾ ਪਿੰਡ 'ਚ। ਦਾਰੂ ਪੀਂਦਾ ਸੀ, ਚੱਲ ਗਾਹਾਂ ਗੱਲ ਨਾ ਕਰਿਓ ਤੁਸੀਂ, ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦਾ, ਮੈਨੂੰ ਉਹਨੇ ਐ ਦੇ ਕਰਤਾ, ਉਹਨੇ ਐ ਦੇ ਅਮਰੀਕੀ ਜੇ ਆਹੋ ਰੋਡ ਤੋਂ ਆਏ ਨੇ, ਮਾਰੀ ਮਾਰੀ ਬਾਜੇ ਤੂੰ ਆਪਣੇ ਬਣ ਗਿਆ ਰਾਜ ਕਹਾ ਕਰਦੀ ਕਹਾ ਉਹ ਉੱਤੋਂ ਦੀ ਵੀ ਆਉਂਦੇ ਨੇ ਲੋਕ।
ਭਾਗ। ਹਾਂਜੀ ਬਾਈ ਕੌਣ? ਭਾਈ ਮੈਂ ਤਾਂ ਭੋਲਾ ਮੌੜਾਂ ਤੋਂ। ਭਾਗ ਸਿਉਂ ਹੈਗਾ ਘਰੇ? ਨਾ ਬਾਈ। ਕਿੱਧਰ ਗਿਆ ਹੈਗਾ? ਬਾਈ ਉਹ ਤਾਂ ਖੇਤ ਗਿਆ। ਅੱਛਾ, ਕੰਮ ਸੀ ਕੋਈ ਬਾਈ? ਹਾਂ ਕੰਮ ਦੀ, ਮੈਂ ਤਾਂ ਸਮਾਨ ਜਿਹਾ ਫੜਾਉਣਾ ਸੀ ਉਹਨੂੰ। ਕਿਹੜਾ ਸਮਾਨ ਬਾਈ? ਭਾਈ ਮੈਂ ਤਾਂ ਚੱਕਰ ਜਿਹਾ ਲਾ ਕੇ ਆਏ ਤੇ ਉਹਨੂੰ ਗੱਡੀ ਤੋਂ, ਉਹਨੇ ਟੈਲੀਫੋਨ ਕਰਾਇਆ ਸੀ ਕਿਸੇ ਮੁੰਡੇ ਤੋਂ, ਕਹਿੰਦਾ ਸਮਾਨ ਚਾਹੀਦਾ ਹੈਗਾ। ਬਾਈ ਮੇਰੇ ਬੰਦੇ ਨੂੰ ਇਹੋ ਜਿਹਾ ਸਮਾਨ ਸਮੂਨ ਨਾ ਖਵਾਇਆ ਕਰੋ, ਸਾਡਾ ਘਰ ਖਰਾਬ ਹੁੰਦਾ। ਮੈਂ ਕਹਦੇ ਜੀ ਘਰ ਖਰਾਬ ਕਰਤਾ? ਜੇ ਉਹਨੇ ਟੈਲੀਫੋਨ ਕਰਿਆ ਮੰਗਾਇਆ ਤਾਂ ਮੈਂ ਲੈ ਕੇ ਆਇਆਗਾ। ਉਹ ਬਾਈ ਮੈਂ ਸਭ ਜਾਣਦੀ ਹਾਂ, ਅਸੀਂ ਤਾਂ ਪਹਿਲਾਂ ਹੀ ਪਾਈ ਪਾਈ ਕਰਕੇ ਆਪਦਾ ਨਾ ਘਰ ਬਣਾ ਰਹੇ ਹਾਂ। ਚਲ ਭਾਈ ਤੁਹਾਡੀ ਮਰਜ਼ੀ ਹੈਗੀ, ਮੈਂ ਕਿਹੜਾ ਉਈ ਬਣਦਾ ਫਿਰਦਾਗਾ, ਜੇ ਮੰਗਾਇਆ ਤੇ ਅਗਲੇ ਨੇ ਤਾਂ ਆ ਗਿਆ, ਤੁਸੀਂ ਉਈ ਪੁੱਠੇ ਪੈਨੇ ਹੋ ਕਹਾ ਤੋਂ। ਖੇਤੇ ਮਿਲਣਾ ਪਊਦਾ, ਬੜੀਆਂ ਤੇਜ਼ ਨੇ ਤੇ ਬੁੜੀਆਂ ਜੀਆਂ, ਖਵਾ ਖਵਾ ਕੇ ਸਮਾਨ ਮੇਰੀ ਜਾਨ ਨੂੰ ਸਿਆਪਾ ਪਾ ਦਿੰਦੇ ਨੇ। ਮੇਰੀ ਗੱਲ ਸੁਣ ਬਜੜੀ ਚੋਦਿਆ, ਜੇ ਤੇ ਤੂੰ ਪੁੱਛ ਲਿਆ ਮੈਂ ਤਾਂ ਮੈਨੂੰ ਐ ਫੁੱਦੂ ਬਣਾਵੇਂਗਾ ਹੁਣ ਤੂੰ ਮੈਨੂੰ। ਮੈਂ ਫੁੱਦੂ ਕੀ ਬਣਾਇਆ, ਮੈਂ ਤੈਨੂੰ ਤਾਂ ਦੱਸਿਆ ਨਹੀਂ ਸਾਰਾ ਕੁਛ। ਤੂੰ ਦੇ ਕਹਿੰਦਾ ਭੈਣ ਦਾ ਕਹਿੰਦਾ ਪ੍ਰਪੋਜ਼ ਲਾਉਣਾ ਪੈਂਦਾ, ਮੈਂ ਲਾ ਤਾਂ ਇੱਥੇ ਪ੍ਰਪੋਜ਼ ਕਿਵੇਂ ਲਾਵਾਂ? ਉਹ ਐ ਸਾਰਾ ਬਿਸਕੁਟ ਵਾਲਾ ਪੀਪਾ ਲਾਉਣਾ ਲੈਣ 'ਚ, ਪ੍ਰਪੋਜ਼ ਗੱਲ ਕਰਨੀ ਹੁੰਦੀ ਆ ਉਹਦੇ ਨਾਲ, ਘੱਟੋ ਘੱਟ ਉਹਨੂੰ ਪਿਆਰ ਨਾਲ ਕੁਛ ਸਮਝਾ, ਕੋਈ ਗੱਲਬਾਤ ਕਰ, ਉਹਨੂੰ ਮਹਿੰਗੀਆਂ ਚੀਜ਼ਾਂ ਦਿਖਾ, ਖੁਸ਼ ਕਰ ਕੁੜੀ ਨੂੰ, ਫਿਰ ਪ੍ਰਪੋਜ਼ ਲੱਗਦਾ ਹੁੰਦਾ। ਤੈਨੂੰ ਕੀ ਲੋੜ ਪਈ ਆ ਪ੍ਰਪੋਜ਼ਾਂ ਦੀ ਨਾਲੇ? ਮੇਰਾ ਸਾਲੇ ਫਾਇਦਾ ਨਹੀਂ ਮਰ ਸਕਦਾ ਜੀ, ਮਹਿੰਗੀ ਚੀਜ਼ ਹੋਣੀ ਪੈਂਦੀ ਆ। ਮੈਨੂੰ ਤਾਂ ਉਹਦੇ ਐਂ ਦੀ ਕਮਾ ਕਿ ਤੂੰ ਕਹਿਣਾ, ਮੈਂ 4 ਦਿਨ ਪਹਿਲਾਂ ਫਰਦ ਕਢਾ ਕੇ ਲਿਆਦੀ ਬਾਹਣ ਦੀ, ਮੈਂ ਦਿਖਾਉਂਦਾ ਉਹਨੂੰ। ਫਰਦ ਭੈਣ ਦੀ ਤੁਹਾਡੀ ਬੜੀ ਸਾਬਤੀ ਆ, ਲੈ ਲੈ ਲਿਮਟਾ ਤਾਂ ਲਾਲ ਕਰਕੇ ਫੁਲਕਾਰੀ ਵਰਗੀ। ਅਸਲ ਤੁਸੀਂ ਫੁੱਦੂ ਬਣਾਉਣ ਲੱਗੇ। ਮੈਂ ਕਾਹਨੂੰ ਬਣਾਉਣਾ ਗਾ, ਤੂੰ ਤੂੰ ਸੱਚ ਦੱਸਦਾ ਵੀ ਮੈਂ ਕਰਨਾ, ਮੈਨੂੰ ਕੀ ਪਤਾ ਵੀ ਤੂੰ ਕੀ ਕਰੇਗਾ ਕੱਢ ਜਾ ਕੇ, ਗੱਲਾਂ ਭਲੋ ਭਲੋ ਪੁੱਛਦਾ ਦੀਗਾ ਹਜੇ ਕਿਵੇਂ ਕਰਦੇ ਹੋ ਕਹਿੰਦਾ ਤੁਸੀਂ। ਕਾਹਨੂੰ ਮੇਰੇ ਯਾਰ, ਉਹ ਤਾਂ ਕੰਜਦਾ, ਮੈਂ ਇਤਨੀ ਮੋਹ ਨਹੀਂ ਵਾਲੀ ਗੱਲ ਆ, ਮੈਂ ਕੁਛ ਨਹੀਂ ਕਰਿਆ ਜੀ, ਉਹਨੇ ਤਾਂ ਮੈਨੂੰ ਇਹੋ ਇਸ਼ਾਰਾ ਮਾਰਿਆ, ਮੈਨੂੰ ਐਂ ਲੱਗਾ ਮੈਂ ਪਜਾ ਕੇ ਲੈਣ ਤੇ ਕਿਤੇ। ਕੌਣ ਧੀ ਹੈ, ਕੌਣ ਧੀ, ਕਿੰਨੀ ਕੁ ਉਮਰ ਦੀ ਭਲਾ? ਪਤੀ ਨਹੀਂ ਲੱਗਿਆ, ਉਹ ਭੈਣ ਜੀ ਕੁਝ ਪੜ੍ਹਦੀ ਆ ਕਿੱਥੇ, ਉਹ ਪਟਿਆਲੇ ਕੋਈ ਵੱਡਾ ਕਾਲਜ ਆ ਕਿਹੜਾ ਬਣਿਆ, ਉੱਥੇ ਪੜ੍ਹਦੀ ਆ ਪੁਲ ਥੱਲੇ। ਉਹ ਤੇਰੇ ਪੁੜੇ ਕਟਾ ਦੂ, ਉਹ ਤੂੰ ਰਹਿਣ ਦੇ, ਪੜ੍ਹੀ ਲਿਖੀ ਹੁੰਦੀ ਆ, ਤੂੰ ਨਾ ਕੁਛ ਕਹਿ ਦੀ ਦੁਬਾਰੇ। ਆ ਨਾਲੇ ਤੂੰ ਕੀ ਕਹਿੰਦਾ ਸੀਗਾ, ਸੱਤਵਾਂ ਸੁੱਤਵਾਂ ਮਹੀਨਾ, ਤੂੰ ਇੱਥੇ ਵੀ ਗਲਤ ਹੈ। ਹੋਰ ਕੀ ਮੈਂ, ਉਹ ਪ੍ਰਪੋਜ਼ ਦਾ ਮਤਲਬ ਸੱਤਵਾਂ ਮਹੀਨਾ ਲੱਗਣਾ ਨਹੀਂ ਹੁੰਦਾ। ਉਹ ਯਾਰ ਤੂੰ ਰਹਿਣ ਦੇ, ਤੂੰ ਪੰਗੇ ਹੀ ਨਾ ਲੈ, ਤੂੰ ਘਰੇ ਤੇਰੀ ਚੰਗੀ ਬੜੀ ਘਰ ਵਾਲੀ ਹੈਗੀ ਹੈ, ਇੱਕ ਤਾਂ ਉਹਨੂੰ ਐਂ ਸਮਝ ਨਹੀਂ ਆਉਂਦੀ ਮੈਨੂੰ, ਤਾਈ ਕਹਾਂ ਕਿ ਭਾਬੀ ਕਹਾਂ, ਤੇਰੇ ਕਹਿੰਦੀ ਦੇਖ ਕੇ ਤਾਂ ਉਹਨੂੰ ਤਾਈ ਕਹਿਣ ਨੂੰ ਜੀ ਕਰਦਾ, ਉਹਨੂੰ ਦੇਖ ਕੇ ਸਾਲਾ ਭਾਬੀ ਕਹਿਣ ਨੂੰ ਜੀ ਕਰਦਾ। ਮੈਂ ਮੇਰੇ ਸਾਲੇ ਦੇ ਜੁੱਤੀ ਮਾਰੂ ਸੱਚ, ਜੁੱਤੀ ਕੀ ਮਾਰੇਗਾ, ਉਹ ਮਸਾ ਪਾਪ ਪਾਪ ਲੱਗਿਆ ਪਿਆ ਹੈ, ਅਖੇ ਤੂੰ ਲੱਗ ਜਾ ਹੁਣ। ਪਰ ਹੋਰ ਕੀ ਗੱਲ ਹੈ, ਮੇਰੇ ਸਾਲੇ ਦੇ ਐਂ ਲਵੇ ਲੱਗਦੇ ਨੇ ਜਿਵੇਂ ਭੈਣ ਦੇ ਗੁੜਕੁਲੇ ਭੂੰਡ ਲੱਗਦੇ ਹੁੰਦੇ ਨੇ। ਤੂੰ ਮੁੜ ਕੇ ਪੁੱਛੀ ਮੈਥੋਂ ਗੱਲਾਂ, ਪੁੱਛ ਪੁੱਛ ਗੱਲਾਂ, ਹੋਰ ਕੁਛ ਕਰੀ ਜਾਂਦਾ ਤੂੰ, ਨਾ ਮੇਰਾ ਧਰ ਦਿੰਦਾ ਕਹਾਂ ਜਾ ਕੇ ਬਦਨਾਮ ਕਰ ਰੱਖਿਆ ਸਾਰੇ ਕਿਤੇ। ਮੇਰੀ ਗੱਲ ਸੁਣ, ਤੂੰ ਫਿਰ ਐਂ ਸਮਝਾ ਨਾ ਤੀਵੀਂ ਨੂੰ, ਕੋਈ ਮਹਿੰਗੀਆਂ ਮਹਿੰਗੀਆਂ ਵਸਤੂਆਂ ਦਿਖਾਉਣੀ ਤਾਂ ਮੈਨੂੰ ਕਹਿ ਦਿੰਦਾ, ਮੈਂ ਤੈਨੂੰ ਦੱਸ ਦਿੰਦਾ ਉਹਦੇ, ਤਾਂ ਪੁੱਛਿਆ ਮੈਨੂੰ, ਤੂੰ ਤਾਂ ਉਹਦੇ ਹੋਰ ਇੱਕ ਸਵਾਲਾਂ ਚੜ ਜਾਊਂਦਾ ਸੀਗਾ ਵੀ ਇਹਨੂੰ ਪਤੀ ਨਾ ਲੱਗ ਜੇ ਕੁਛ। ਤੂੰ ਮੁੜ ਕੇ ਨਾ ਪੰਗਾ ਲਈ ਬਾਈ, ਤੂੰ ਰਹਿਣ ਦੇ, ਤਾਂ ਤੁਹਾਡਾ ਬੁੜੀਆਂ ਬਾੜੀਆਂ ਵਾਲੀ ਸੈੱਟ ਹੈਗਾ ਲੋਟ, ਤੂੰ ਇੱਧਰ ਨਾ ਪੰਗਾ ਲੈ, ਲੈਣ 'ਚ ਆਏ ਨਾ ਤੂੰ। ਆਹੋ, ਤੈਨੂੰ ਪਤਾ ਵੀ ਜਦੋਂ ਇੱਧਰ ਚੱਲ ਪਿਆ ਦੋ ਵੀ ਲੈਣ ਲੈ, ਵੀ ਸਾਡੇ ਨਾਲ ਸਮਾਨ ਖਾਲੀ ਕਰ। ਹਾਂ, ਤੇਰੇ ਤੂੰ ਹੀ ਕਰੇਗਾ ਖਾਲੀ, ਹੋਰ ਤਾਂ ਕਾਹਨੂੰ ਆ ਕਿਸੇ ਨੂੰ, ਵੱਡਾ ਖਾਲੀ ਕਰੂ ਇਹ ਸਮਾਨ। ਰਹਿਣ ਦੇ ਓਏ, ਕਿਵੇਂ ਭਾਗ? ਆਹ ਹਾ ਹਾ, ਭੋਲਿਆ ਬੀਬੀ ਨੂੰ ਪੁੱਛ ਕੇ ਦੇਖੀ ਵੀ ਕਿੱਥੇ ਵਿਆਹ ਵੀ ਮਾਸੜ ਲੱਗਦਾ ਕੀ ਲੱਗਦਾ ਗਾ, ਨਾ ਭੁੱਲਿਆ ਕਿਹਾ ਕਰ। ਮਲਕੀਤ ਉਹਨਾਂ ਨੇ ਦੱਸਤਾ, ਕਹਿੰਦੇ ਅੱਡ ਹੋ ਗਏ ਭਾਂਡਾ ਡੀਂਡਾ ਜਾ ਵੱਢ ਲਿਆ ਇਹਨਾਂ ਨੇ, ਕਹਿੰਦਾ ਮੈਂ ਮੁੜ ਕੇ ਅੱਡ ਹੋਤੀ ਹੋ ਗਏ।
ਮੈਂ ਤਾਂ ਘਰੇ ਵੱਗ ਗਿਆ ਤੁਹਾਡੇ, ਮੈਂ ਸਮਾਨ ਜਿਹਾ ਫੜਾ ਨਾ ਗਾਹਾਂ ਤੇਰੀ ਤੀਵੀਂ ਕੰਜ ਦਾ ਚਾਰੇ ਪੈਰ ਚੱਕ ਕੇ ਪੈ ਗਈ। ਜਿਹਦਾ ਘਰੇ ਬੈਂਗਣ ਲੈਣ ਗਿਆ ਸੀ ਤੂੰ, ਹੈ ਮਿੰਟ ਤਾਂ ਇਹਦੀ ਮਾਂ ਤੂੰ ਹੋਵੇਗਾ ਉੱਥੇ ਮੂਹਰੇ, ਉਹ ਗੇਟ 'ਚ ਸੰਭਰ ਲੱਗ ਰਹੀ ਸੀ ਸਮਾਨ ਬਾਰੇ ਤੀਵੀਆਂ ਨੂੰ ਘਰੇ ਨਹੀਂ ਦੱਸੀ ਦਾ ਹੁੰਦਾ। ਮੈਨੂੰ ਕਿਹੜਾ ਪਤਾ ਸੀਗਾ ਉਹਦਾ ਗੇਟ 'ਚ ਸੰਭਰ ਲੱਗ ਰਹੀ ਸੀਗੀ, ਮੈਂ ਤਾਂ ਮਹਾਂ ਟੈਲੀਫੋਨ ਕਰਾਇਆ ਸੀ ਸਪੈਸ਼ਲ, ਮਹਾਂ ਦੇਖ ਹੋਰ ਲਿਆਂਦਾ, ਲੈ ਜੇ ਤੂੰ ਮੰਗਾਵੇ ਮੈਂ ਲਿਆਵਣਾ। ਹੈ ਕੁਛ ਨਹੀਂ ਹੈਗਾ, ਤੇਰੇ ਖਾਣ ਵਾਲੀ ਚੀਜ਼ ਨਹੀਂ ਹੈਗੀ, ਸਾਨੂੰ ਤਾਂ ਜਿਹੜਾ ਵੇਦ ਲੱਗ ਗਿਆ ਲੱਗ ਗਿਆ। ਹੈ ਭਾਗਾ ਤੀਵੀ ਬਹੁਤ ਤੇਜ਼ ਆ ਤੇਰੀ, ਉਹ ਗਰਮ ਹੋਈ ਰਹਿੰਦੀ ਹੈਗੀ, ਇਹਦਾ ਅੱਧ ਪੀਆ ਜਾਂ ਕੰਜ ਲਿਆ ਹੋਏ। ਦੇਖੀ ਤਾਂ ਸਹੀ, ਪੂਰਾ ਟੌਪ ਦਾ ਸਮਾਨ ਇਹ, ਟੌਪ ਦਾ ਸਮਾਨ ਹੈਗਾ, ਪਿਆਉਣਾ ਪਊਗਾ ਇਹ। ਹੋਰ ਹੋਣਾ ਗੋਡੇ ਦੀ ਦਵਾਈ ਆ, ਗੋਡੇ ਤੋਂ ਰਾਜਸਥਾਨ ਤੋਂ ਮਿਲਦੀ ਆ, ਕਿੱਥੇ ਲੱਗ ਆਇਆ ਪਤਾ ਮੈਨੂੰ। ਨਾ ਨਾ ਰਾਜਸਥਾਨ ਤੋਂ ਮਾਇਆ, ਗੋਡੇ ਜਿਹੇ ਥੋੜੇ ਕੜਕ ਕੜਕ ਦੇ ਕਰਦੇ ਨੇ, ਉਹ ਲਵਾ ਦੋ ਠੰਡ ਆ, ਕਾਰਡ ਜੇ ਹੈਗਾ ਪੂਰਾ ਕਾਣੂ ਹੈਗਾ ਇਹ ਤਾਂ ਲਵਾ ਦੋ ਯਾਰ ਜੇ ਹੈਗੀ ਆ। ਹਾਂ ਬੋਲੇ ਚੱਪ ਦੇ ਦੇ ਥੋੜਾ ਲਵਾ ਦੇ ਦੇ ਆਪਦੇ ਵਾਸਤੇ ਗਾਹਾਂ ਨਾਲ ਵਾਲਾ ਭਾਈ ਮੈਂਬਰ ਪਤਾ ਕੀ ਆ ਅੱਗੇ ਪਾਇਆ ਪੋਜਾ ਤੇ ਮੇਰੀ ਗੱਲ ਹੁਣ ਪਤਾ ਕੀ ਆ, ਪਿੰਡ 'ਚ ਤਵਾ ਲੱਗੇ ਨਾ ਅਗਲਾ ਕਹਿੰਦਾ ਲਿਆ ਕੇ ਵੇਚ ਦਖਣੀ, ਇਹਦਾ ਆਪਦੇ ਮਿੱਤਰ ਦਾ ਕਹਿੰਦਾ ਇਹਦਾ ਤਾਕਤਦਾਰੀ ਗੱਲ ਆ ਯਾਰ, ਤੇਰਾ ਲਿਹਾਜ਼ ਹੈ ਕਿ ਤਾਂ ਕਿ ਤੂੰ ਆ ਜਾਂਦਾ ਇਹਦਾ ਦਿਲ ਬੜਾ ਗੱਲ ਨਹੀਂ। ਪਾਣੀ ਪੂਣੀ ਭਰਨਾ ਫਿਰ ਕਾਰਡ ਕੋਡ ਜਾਏਗਾ ਲਾਉਣਾ ਦੇਖ ਲੈ, ਆਹ ਤਾਂ ਪੀਣੀ ਵਾਲੇ ਪਏ ਨੇ, ਇਸ ਲਾਬੇ ਪਏ ਨੇ, ਹਲੇ ਹੈ ਨਹੀਂ ਤਿਆਰ ਸਮਾਨ ਐ ਕਰ ਲੈ ਨਾ ਨਾ, ਇਹ ਤਾਂ ਹਲੇ ਆਹ ਕੱਚੇ ਜੇ ਨੇ ਤਾਂ ਤੁਹਾਡੀ ਮਰਜ਼ੀ ਆ ਭਾਈ, ਬਾਅਦ ਚ ਲੈ ਜੀ ਘਰੋਂ ਲੈ ਜੀ ਤੂੰ ਕਾਰਡ, ਆ ਚਲੋ ਪੜਦੇ ਪੁੜਦੇ ਨਾਲ ਲਿਆਉਣਾ ਕੰਜਾ ਦਾ ਕਾਰਡ ਬਣਾਇਆ ਸਾਡਾ ਵੀ ਲਿਆ ਸਕਦੇ ਹੋ, ਦੋ ਨੰਬਰ ਦੀ ਤਾਂ ਚੀਜ਼ ਹੈ। ਪਤਾ ਕੀ ਚੱਕਰ ਹੋ ਗਿਆ ਸਾਡੇ ਤਾਂ ਭਾਈ, ਹੜਤਾਲ ਚੱਲ ਰਹੀ ਹੈਗੀ, ਆ ਜਿਹੜਾ ਕਾਨੂੰਨ ਜਿਹਾ ਕਰਤਾ ਮੋਦੀ ਨੇ, ਕਹਿੰਦੇ ਜੇ ਡਰਾਈਵਰ ਮਾਰ ਕੇ ਭੱਜਦਾ ਕਿਸੇ ਨੂੰ ਨਾਲ ਤਾਂ 10 ਸਾਲ ਦੀ ਸਜ਼ਾ ਗਈ, 7 ਲੱਖ ਰੁਪਇਆ ਜੁਰਮਾਨਾ। ਹੁਣ ਮਰਦੇ ਸੀ ਦੋਵੇਂ ਪਾਸੇ ਹੈਗੇ, ਜਦੋਂ ਅਸੀਂ ਖੜਦੇ ਹਾਂਗੇ ਲੋਕ ਕੁੱਟ ਕੁੱਟ ਮਾਰ ਦੇਣਗੇ, ਜੇ ਹੁਣ ਭੱਜਦੇ ਹਾਂਗੇ ਤਾਂ ਐਡਾ ਕਾਨੂੰਨ ਲਿਆ ਤਾ। ਹੁਣ ਜਿਹੜੇ ਇੱਕ ਦੋ ਵਿੱਚ ਭਾਈ ਚਲਾਉਂਦੇ ਤੇ ਗੱਡੀਆਂ, ਕਹਿੰਦੇ ਅਸੀਂ ਤਾਂ ਚਲਾਵਾਂਗੇ ਖੜਦੇ ਨੀ, ਉੱਥੇ ਭੈਣ ਦਾ ਸਾਡੇ ਆ ਯੂਨੀਅਨ ਜੀ ਵਾਲੇ, ਨਾਲ ਤਾਂ ਘੇਰ ਕੇ ਹਾਰ ਪਾਉਂਦੇ ਨੇ ਅਗਲੇ ਦੇ, ਨਾਲੇ ਵੀਡੀਓ ਬਣਾ ਕੇ ਨੈੱਟ ਤੇ ਚਾੜਦੇ ਨੇ ਅਗਲੇ ਦੀ, ਇਹਦੇ ਨਾਲ ਤਾਂ ਮਹਾਂ ਮਹੀਨਾ ਘਰੇ ਹੀ ਲਾਜੀਏ ਹੁਣ। ਮਾਛੜ ਨੂੰ ਮਾਛੜ ਤੂੰ ਨੀ ਕਹਿੰਦਾ, ਚਾਹ ਤੈਨੂੰ ਨੀ ਬਣਾਉਂਦੀ ਆਉਂਦੀ ਹੈ, ਬੰਦੇ ਨੂੰ ਫੁੱਤੀ ਦਾ ਤੂੰ 2 ਮਿੰਟ ਚ ਬਣਾ ਦੇਣਾ, ਓਏ ਕਰ ਲੈ ਮਿੱਠਾ ਮੈਂ ਪਾ ਦੂੰਗਾ, ਤੂੰ 2 ਮਿੰਟ ਚ ਬਣਾ ਦੇਣਾ ਬੰਦੇ ਨੂੰ, ਹੋਰ ਚਾਹ ਨੀ ਤੈਨੂੰ ਬਣਾਉਣੀ, ਚੱਲ ਬਣਾ ਲੈ ਬਣਾ ਲੈ ਕਰ ਲੈ। ਕੱਲ ਪਰਸੋਂ ਏਡੀ ਨਲੀ ਹੁੰਦੀ ਸੀ, ਲੈ ਮੈਂ ਗੋਦੀ ਜਾ ਕੇ ਖੜਾ ਹੋਇਆ ਉਹਦੇ ਭਾਪੇ ਨਾਲ ਆ ਜਾਂਦੀ ਉਰੇ, ਹੁਣ ਕੰਜ ਦਾ ਨਲੀ ਕੱਢਦਾ ਇਹ, ਲੈ ਜਮੀ ਕਮਾਲ ਹੋ ਰਹੀ ਹੈਗੀ ਹੈ, ਤੇਜ਼ ਹੋ ਗਏ ਜਵਾਕ ਜੇ ਆਪਣੇ ਪਿੰਡ ਦੇ, ਬੰਦੇ ਬੁੰਦੇ ਆ ਜਾਣ, ਮੈਂ ਚੱਲਦਾ ਫਿਰ ਚੰਗਾ ਲੱਕੜਾਂ ਮਕਲਾਵੇ ਲੋ ਟੱਗ ਮਚੂਗੀ ਗਿੱਲੇ ਦਾ ਧੱਕੇ ਚੱਕੀ ਕਰਦਾਂਗਾ।
ਚੱਲ ਕਰਦਾਂਗਾ।